ਜਦੋਂ ਕੁਝ ਹੋਣਾ ਹੋ ਆਪੇ ਹੀ ਮਾਹੌਲ ਬਣ ਜਾਂਦਾ ਹਨਾ ਕੁਦਰਤ ਆਪਣੇ ਉਹ ਸਿਸਟਮ ਕਰਨ ਲੱਗ ਪੈਂਦੀ ਹੈ ਕਿ ਤੁਹਾਨੂੰ ਆਪੇ ਹੀ ਉਹ ਪਾਰਟਨ ਮਿਲਣ ਲੱਗ ਪੈਂਦਾ ਸਾਡੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਤੁਹਾਡਾ ਫਟਾਫਟ ਉਹ ਹੋ ਵੀ ਜਾਂਦਾ ਸਾਰਾ ਕੁਝ ਪਰ ਜਦੋਂ ਆਪਾਂ ਕਰਦੇ ਹਾਂ ਕਿ ਨਹੀਂ ਮੈਂ ਇਦਾਂ ਕਰਨਾ ਮੈਂ ਪਲਾਨ ਮੇਰੀ ਜ਼ਿੰਦਗੀ ਚ ਪਲਾਨ ਕੀਤਾ ਹੋਇਆ ਕੁਝ ਵੀ ਨਹੀਂ ਹਾਂ ਕਈ ਵਾਰ ਹੁੰਦਾ ਹੈ ਇਦਾਂ ਹੈਨਾ ਮਿੰਨਾ ਤਾਂ ਆਪੇ ਹੀ ਹੋ ਜਾਣਾ ਹੈ ਅਨਪਲਾਨਡ ਚ ਜ਼ਿਆਦਾ ਬੈਟਰ ਹੁੰਦਾ ਹੈ ਕੋਈ ਇਮਿਲੀਟ ਆਫਟਰ ਦਿਸ ਮਤਲਬ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੋ ਰਹੀ ਹੈ ਅਜੇ ਕੁਝ ਟਾਈਮ ਹੈ ਥੋੜੇ ਜਿਹਾ ਟਾਈਮ ਹੈਗਾ ਬਟ ਇਟ ਵਾਸਨਟ ਪਲਾਨਡ ਕਿ ਯੂ ਨੋ ਪ੍ਰੋਮੋਸ਼ਨਸ ਤੋਂ ਬਾਅਦ ਬਸ ਡੇਟ ਹੀ ਮਿਲੀ ਸੀ ਉਸ ਟਾਈਮ ਉਸ ਰਿਜ਼ੋਰਟ ਤੇ ਸੋ ਥੈਟ ਵਾਸ ਮਾਈ ਓਨਲੀ ਆਪਸ਼ਨ ਕਿ ਆ ਹੀ ਡੇਟ ਫੀਸ ਕਰ ਵੀ ਗੇਮ ਸਟਾਰਟ ਹੋ ਗਿਆ ਓਕੇ ਵੰਡਰਫੁਲ ਫੀਲਿੰਗ ਹਾਂ ਬਿਲਕੁਲ ਬਿਲਕੁਲ ਔਰ ਮੇਰਾ ਤਾਂ ਹੋ ਗਿਆ ਵਿਆਹ ਤਾਂ ਮੈਂ ਤਾਂ ਕਹਿ ਸਕਦੀ ਹਾਂ ਮੈਨੂੰ ਤਾਂ ਵਿਆਹ ਕਰਾ ਕੇ ਇਕ ਮਿਲਣਾ ਕੋਈ ਨਹੀਂ ਹੋ ਸਕਦਾ। ਮੈਨੂੰ ਜ਼ਹ ਲੱਗਦਾ ਕਿ ਲੋਕ ਤਾਂ ਨਾ ਜ਼ਿਆਦਾ ਕਨੈਕਟ ਕਰ ਪਾਉਂਦੇ ਆ ਜਦੋਂ ਤੁਸੀਂ ਆਪਣਾ ਸੱਚ ਜਾਂ ਆਪਣਾ ਆਪਣੀਆਂ ਹਾਸੀਆਂ ਖੇਡੀਆਂ ਜਾਂ ਜਿਹੜੀਆਂ ਤੁਸੀਂ ਆਪਣੇ ਦੋਸਤਾਂ ਨਾਲ ਮਜ਼ਾਕ ਕਰਦੇ ਹੋ ਉਹ ਦੱਸਦੇ ਆ ਲੋਕਾਂ ਨੂੰ ਕਿਉਂਕਿ ਫਿਰ ਤੁਹਾਨੂੰ ਲੋਕਾਂ ਨੂੰ ਤਾਂ ਲੱਗਦਾ ਇਹ ਵੀ ਸਾਡੇ ਵਰਗਾ ਹੀ ਹੈ। ਅਮਨੇ ਵੀ ਬੁਲਾਇਆ ਅਸੀਂ ਗੱਲ ਕੀਤੀ ਮੈਂ ਕਹਿੰਦੇ ਇਹ ਕੈਰੈਕਟਰ ਆ ਮਤਲਬ ਆ ਮੈਨੂੰ ਚੀਜ਼ ਜਾਈਦੀ ਆ ਆ ਚੀਜ਼ ਦੀ ਇਹ ਆਪਣੀ ਫਿਲਮ ਲਈ ਤੇ ਤੁਸੀਂ ਕਰਨੀ ਚਾਹੁੰਦੇ ਫਿਲਮ ਮੈਂ ਕਿਹਾ ਮੈਂ ਕਰਨੀ ਤਾਂ ਚਾਹਨਾ ਪਰ ਮੈਨੂੰ ਫਿਲਮ ਤੋਂ ਡਰ ਬਹੁਤ ਲੱਗਦਾ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਗਾਣੇ ਚੱਲਦੇ ਪਏ ਬੜੇ ਸੋਹਣੇ ਲੋਕ ਸੁਣਦੇ ਪਏ ਜਿੰਨਾ ਜਿੰਨਾ ਕਿ ਵੀ ਸੁਣਦੇ ਪਏ ਮੈਨੂੰ ਮੈਨੂੰ ਬਸ ਇਹਦੇ ਚ ਸੈਟੀਸਫੈਕਸ਼ਨ ਹੈ ਕਿ ਮੇਰਾ ਆ ਵੀ ਕੰਮ ਨਾ ਕਿਤੇ ਹਨਾ ਬੰਦ ਹੋ ਜੀਵੇ ਤੇ ਮੈਂ ਕਹਿੰਦਾ ਇਦਾਂ ਨਹੀਂ ਹੁੰਦਾ ਮੈਨੂੰ ਇਦਾਂ ਲੱਗਦਾ ਕਿ ਫਿਲਮਾਂ ਦੀ ਅਲੱਗ ਆਡੀਅੰਸ ਹੈ ਲੋਕਾਂ ਦੀ ਲੰਘਦੇ ਨੇ ਜਥੋਂ ਵੀ ਹਾਏ ਮੈਂ ਕਾ ਵੰਡਦੇ ਨੇ ਬਾਗ ਸੁਹਾਣੇ ਵੀ ਜੀ ਨੂਰ ਮੰਗਦੇ ਨੇ ਮੇਰੀ ਹਾਲਤ ਦਾ ਕੋਈ ਹਾਲ ਪੁੱਛੇ ਤਾਂ ਉਹਨੂੰ ਕੀ ਜਵਾਬ ਦਿਆਂ ਜਿਹੜੇ ਆਪ ਗੁਲਾਬਾਂ ਵਰਗੇ ਨੇ ਉਹਨਾਂ ਨੂੰ ਕਿੰਜ ਗੁਲਾਬ ਦਿਆਂ ਜਿਹੜੇ ਆਪ ਗੁਲਾਬਾਂ ਵਰਗੇ ਨੇ ਉਹਨਾਂ ਨੂੰ ਸੱਚੀ ਗੱਦ ਦੇਖ ਰਹੇ ਹੋ ਜਗਮਾਨੀ ਟੀਵੀ ਤੇ ਬਾਲੀਵੁੱਡ ਟड़का ਪੰਜਾਬੀ ਮੈਂ ਹਾਂ ਤੁਹਾਡਾ ਨਲ ਨਹੀਂ ਹਮਨ ਹਾਸ 9 ਸਤੰਬਰ ਨੂੰ ਹੁਣ ਇਹ ਦੇਖਣਾ ਹੋਵੇਗਾ ਕਿ ਗੁਰੀ ਔਰ ਨਵੀ ਦੀ ਗੱਲ ਬਣਦੀ ਹੈ ਕਿ ਨਹੀਂ ਕਿਉਂਕਿ 9 ਸਤੰਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇਰੀ ਮੇਰੀ ਗੱਲ ਬਣ ਗਈ ਔਰ ਉਹਨਾਂ ਤੋਂ ਇਲਾਵਾ ਫਿਲਮ ਦੇ ਵਿੱਚ ਕਿਹਦੀ ਕਿਹਦੀ ਗੱਲ ਬਣੇਗੀ ਇਹ ਉਹਨਾਂ ਤੋਂ ਜਾਣਦੇ ਆ ਸੋ ਮੇਰੇ ਨਾਲ ਅਖਿਲ ਔਰ ਰੁਬੀਨਾ ਬਾਜਵਾ ਇੱਥੇ ਮੌਜੂਦ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸੋ ਮਚ ਥੈਂਕ ਯੂ ਸੋ ਦ ਸੋ ਫਿਰ ਕੇ ਦੀ ਕੇ ਦੀ ਗੱਲ ਬਣ ਰਹੀ ਹੈ ਤੁਹਾਡੀ ਤਾਂ ਮੈਂ ਘੱਟ ਦੇਖ ਰਹੀ ਆ ਗੱਲ ਬਣਦੀ ਗੱਲ ਤੁਸੀਂ ਕਿਸੇ ਹੋਰ ਦੀ ਬਣਾ ਰਹੇ ਹੋ ਗੱਲ ਸਾਡੀ ਵੀ ਬਣਦੀ ਆ ਪਰ ਸਾਡੀ ਤਾਂ ਪਹਿਲੇ ਬਣੀ ਹੋਈ ਆ ਗੱਲ ਫਿਲਮ ਚ ਜਦੋਂ ਸ਼ੁਰੂ ਹੁੰਦੀ ਆ ਫਿਲਮ ਸਾਡੀ ਆਲਰੇਡੀ ਅਸੀਂ ਰਿਲੇਸ਼ਨਸ਼ਿਪ ਚ ਹੀ ਹੁੰਨੇ ਆ ਪਰ ਉਸ ਤੋਂ ਬਾਅਦ ਕਿਉਂਕਿ ਇੱਕ ਪ੍ਰੋਬਲਮ ਆਉਂਦੀ ਹੈ ਫਿਲਮ ਚ ਜਿਦਾ ਕਿ ਤੁਸੀਂ ਟ੍ਰੇਲਰ ਵੇਖਿਆ ਨਾ ਵੀ ਗੁਰੀ ਦੇ ਮਮੀ ਪੂਆਜੀ ਕਹਿੰਦੇ ਆ ਕਿ ਵੀ ਇਹਦੇ ਡੈਡ ਨੂੰ ਪ੍ਰੋਬਲਮ ਕਰਕੇ ਅਸੀਂ ਪ੍ਰੋਪਰਟੀ ਤੇ ਉਹ ਕਰ ਲਾਂਗੇ ਉਹ ਫਿਰ ਸਿਚੁਏਸ਼ਨਸ ਕਈ ਬਣਦੀਆਂ ਉਦਾਂ ਦੀਆਂ ਫਿਰ ਇਹਨੂੰ ਮੈਂ ਸਲਾਹ ਦਿੰਨਾ ਕਿ ਬਾਪੂ ਦਾ ਹੀ ਵਿਆਹ ਕਰ ਦਿੰਨੇ ਆ ਫਿਰ ਜਦੋਂ ਅਸੀਂ ਬਾਪੂ ਲਈ ਕੁੜੀ ਲੱਭਣੀ ਸ਼ੁਰੂ ਕਰਦੇ ਆ ਫਿਰ ਬਹੁਤ ਸਾਰੇ ਜੱਬ ਖਾਨੇ ਪੈਂਦੇ ਆ ਫਿਰ ਅਸੀਂ ਕਦੀ ਕੋਈ ਲੱਭਦੇ ਕਦੀ ਕੋਈ ਫਿਰ ਪਤਾ ਲੱਗਣਾ ਐਂਡ ਚ ਜਾ ਕੇ ਗੱਲ ਬਣੀ ਕਿ ਨਹੀਂ ਫਿਰ ਉਹਨਾਂ ਤੇ ਡਿਪੈਂਡ ਕਰਦਾ ਹੁੰਦਾ ਸਾਡੀ ਗੱਲ ਬਣਨੀ ਕਿ ਨਹੀਂ ਉਹ ਵੀ ਤੁਹਾਨੂੰ 9 ਸਤੰਬਰ ਨੂੰ ਪਤਾ ਲੱਗਣਾ ਗੱਲ ਬਣੀ ਗੁਰੂ ਇਹ ਦਾ ਕੈਰੈਕਟਰ ਪਲੇ ਕਰ ਰਹੇ ਹੋ ਤੁਸੀਂ ਇਹ ਦੇ ਵਿੱਚ ਔਰ ਬੜੀ ਲਵਿੰਗ ਹੈ ਆਪਣੇ ਫਾਦਰ ਨੂੰ ਲੈ ਕੇ ਬਹੁਤ ਜ਼ਿਆਦਾ ਹੈ ਨਾ ਪਿਆਰ ਬਹੁਤ ਕਰਦੀ ਹੈ ਸੋ ਉਹਨਾਂ ਦਾ ਹਮੇਸ਼ਾ ਵਧੀਆ ਸੋਚਣ ਦਾ ਜਿਹੜਾ ਹੈ ਨਾ ਉਹ ਕਰਦੀ ਹੈ ਸੋ ਜਦੋਂ ਇਹ ਕੈਰੈਕਟਰ ਪਲੇ ਕਰ ਰਹੇ ਸੀਗੇ ਗੁੱਗੂ ਜੀ ਤੁਹਾਡੇ ਫਾਦਰ ਬਨੇ ਹੋਏ ਉਹਨਾਂ ਦਾ ਉਹ ਰੋਲ ਪਲੇ ਕਰ ਰਹੇ ਨੇ ਸੋ ਉਹਨਾਂ ਦਾ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਵੇਂ ਰਿਹਾ ਕਿਉਂਕਿ ਉਹ ਬਹੁਤ ਹੀ ਲਾਈਕ ਇਸ ਟਾਈਮ ਵੀ ਇਨੀ ਸਟਾਈਲਿਸ਼ ਹੈ ਜਦੋਂ ਵੀ ਉਹ ਸੈੱਟ ਤੇ ਜਾਂਦੇ ਨੇ ਕਈ ਕੁੜੀਆਂ ਉਹਨਾਂ ਨੂੰ ਬੜਾ ਮਤਲਬ ਦੇਖਦੀਆਂ ਨੇ ਬਹੁਤ ਜ਼ਿਆਦਾ ਚਾਹੁੰਦੀਆਂ ਨੇ ਕਿ ਅਸੀਂ ਉਹਨਾਂ ਨਾਲ ਗੱਲ ਕਰੀ ਉਹਨਾਂ ਦਾ ਸਟਾਈਲ ਬ hanji uh, no i was very excited ke uh, minomoka Melra to work with uh, guguji especially kyunke uh, I set the Milisi, I think, on Rondesare, my sister, the Kui film. I'm an ampul. pictures. Vapiture. Vapiture. Yeah, hai, yeah um, RSVP. Haan, gee, gee, gee. So, um, from there, I was on a new and I was like, you know, a bit of fan since. And both the Ved experience, he's a legend and very comfortable. So, Vadia. I'm going to tell you, I'm going to give my sister the film. They kick it in the can, get the Nikki. ਆਈ ਨੋ ਮੈਂ ਕਈ ਕਈ ਲਾਈਕ ਸਮਟਾਈਮਸ ਭੁੱਲ ਜਾਂਦੀ ਹਾਂ ਉਹਨਾਂ ਦੀ ਫਿਲਮਸ ਦੇ ਨਾਮ ਜੋ ਸਟੋਰੀ ਹੈ ਕਿਉਂਕਿ ਪ੍ਰੀਤੀ ਸਪਰੂ ਮੈਮ ਦਾ ਆਈਡੀਆ ਹੈ ਸਟੋਰੀ ਦਾ ਹੈ ਨਾ ਡਾਇਰੈਕਸ਼ਨ ਵੀ ਉਹਨਾਂ ਨੇ ਕੀਤੀ ਹੋਈ ਹੈ ਇਹਦੇ ਵਿੱਚ ਔਰ ਬੜਾ ਵਧੀਆ ਸੀ ਦੇਖਿਆ ਸੀ ਸੈੱਟ ਤੇ ਤੁਸੀਂ ਕਿੰਨੀ ਮਿਹਨਤ ਕੀਤੀ ਹੈ ਸਾਰਿਆਂ ਨੇ ਔਰ ਇਹਨੇ ਅੱਛੇ ਅੱਛੇ ਆਰਟਿਸਟ ਹੈ ਬਾਲੀਵੁੱਡ ਤੋਂ ਵੀ ਹੈਗੇ ਹੈ ਇੱਥੇ ਪੰਜਾਬੀ ਇੰਡਸਟਰੀ ਤੋਂ ਵੀ ਹੈਗੇ ਹੈ ਬਟ ਕਨਸੈਪਟ ਤੇ ਗੱਲ ਕਰਨਾ ਚਾਹਾਂਗੀ ਜਿਸ ਕਨਸੈਪਟ ਨੂੰ ਦਿਖਾਇਆ ਹੈ ਕਿ ਕੋਈ ਏਜ ਨਹੀਂ ਹੁੰਦੀ ਹੈ ਹੈ ਨਾ ਹਰ ਕਿਸੇ ਨੂੰ ਹੱਕ ਹੈ ਕਿ ਉਹ ਆਪਣਾ ਇੱਕ ਲਾਈਫ ਪਾਰਟਨਰ ਕਿਸੇ ਵੀ ਏਜ ਵਿੱਚ ਚੁਣ ਸਕਦਾ ਸੋ ਤੁਸੀਂ ਮੰਨਦੇ ਹੋ ਕਿ ਹਾਂ ਇਦਾਂ ਹੋਣਾ ਚਾਹੀਦਾ ਹੈ ਸਾਡੀ ਸੁਸਾਇਟੀ ਹਾਲਾਂਕਿ ਇਹ ਚੀਜ਼ ਐਕਸੈਪਟ ਨਹੀਂ ਕਰਦੀ ਬਟ ਇਟ ਇਟ ਇਸ ਆ ਹੋਣੀਆਂ ਚਾਹੀਦੇ ਕਿਉਂਕਿ ਹਰ ਕੋਈ ਇੱਕ ਟਾਈਮ ਤੇ ਆ ਕੇ ਲੋਨਲੀ ਜਿਹੜਾ ਲੋਨਲੀ ਫੀਲ ਕਰਦਾ ਹੈ ਮੈਨੂੰ ਲੱਗਦਾ ਇਹਦੇ ਵਿੱਚ ਕੁਝ ਗਲਤ ਨਹੀਂ ਆ ਮੈਨੂੰ ਮੈਨੂੰ ਇਦਾਂ ਲੱਗਦਾ ਕਿ ਕਈ ਵੇਲੇ ਆਪਾਂ ਜਦੋਂ ਯੰਗ ਹੁੰਨੇ ਆ ਆਪਾਂ ਨੂੰ ਇੰਨਾ ਫੀਲ ਨਹੀਂ ਹੁੰਦਾ ਕਿ ਸਾਨੂੰ ਕਿਸੇ ਦੀ ਲੋੜ ਆ ਕਿਉਂਕਿ ਉਦੋਂ ਆਪਾਂ ਨੂੰ ਹੁੰਦਾ ਕਿ ਅਸੀਂ ਤਾਂ ਆਪਣਾ ਆਪ ਕਰ ਲਾਂਗੇ ਅਸੀਂ ਤਾਂ ਸੋਲੋ ਟਰੈਵਲਰ ਆ ਅਸੀਂ ਤਾਂ ਜੀ ਫਿਲਮ ਵੀ ਇਕੱਲੇ ਦੇਖਣ ਚੱਲ ਜਾਂਦੇ ਆ ਪਰ ਜਦੋਂ ਤੁਸੀਂ ਹੌਲੀ ਹੌਲੀ ਤੁਹਾਡੀ ਉਮਰ ਢਲਦੀ ਆ ਜਦੋਂ ਤੁਸੀਂ 35 40 ਟੱਪਣਾ ਸ਼ੁਰੂ ਕਰਦੇ ਆ ਉਹ ਤੁਹਾਨੂੰ ਇਕੱਲਾਪਣ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਮੈਨੂੰ ਇਦਾਂ ਲੱਗਦਾ ਲਾਈਫ 'ਚ ਕਿਉਂਕਿ ਜਿੰਨਾ ਕ ਮੈਂ ਆਪਣਾ ਆਲਾ ਦੁਆਲਾ ਵੇਖਿਆ ਆਪਣੇ ਆਪਣੀ ਰਿਸ਼ਤੇਦਾਰੀ ਚ ਦੇਖਿਆ ਜਾਂ ਆਪਣੇ ਦੋਸਤ ਰਿਲੇਟਿਵ ਦੇਖੇ ਆ ਜਿਨ੍ਹਾਂ ਨੇ ਵਿਆਹ ਨਹੀਂ ਕਰਾਏ ਦੋ ਚਾਰ ਜਣੇ ਨੇ ਮੈਨੂੰ ਇਦਾਂ ਲੱਗਦਾ ਕਿ ਹੁਣ ਉਹ ਬਹੁਤ ਕੱਲੇ ਆ ਜ਼ਿੰਦਗੀ ਚ ਉਹਨਾਂ ਨੂੰ ਚਾਹ ਦਾ ਕੱਪ ਪਲੋਣ ਵਾਲਾ ਵੀ ਕੋਈ ਨਾਲ ਹੈ ਨਹੀਂ ਜਦੋਂ ਤੁਸੀਂ ਆਪਣੀ ਘਰ ਦੀ ਬਾਲਕਨੀ ਚ ਜਦੋਂ ਹੁਣ ਬਾਹਰ ਮੀਂਹ ਪੈ ਰਿਹਾ ਬੈਠੇ ਹੋਏ ਆ ਤੁਹਾਡੇ ਕੋਲ ਤੁਹਾਡਾ ਤੁਹਾਡੇ ਬੱਚੇ ਵੀ ਹੈ ਨਹੀਂ ਤੁਹਾਡੇ ਲਾਈਫ ਪਾਰਟਨਰ ਵੀ ਨਹੀਂ ਆ ਫਿਰ ਤੁਸੀਂ ਇਕੱਲੇ ਹੀ ਰਹਿ ਜਣੇ ਜ਼ਿੰਦਗੀ ਚ ਕਿਉਂਕਿ ਦੇਖੋ ਇਹ ਇੰਨੀ ਤਾਂ ਗੱਲ ਪੱਕੀ ਆ ਕਿ ਦੁਨੀਆ ਚ ਤੁਹਾਡੇ ਮਾਪੇ ਨੇ ਜਿਹੜਾ ਕਿ ਸਭ ਤੋਂ ਸਕੇਰੀ ਥਾਟ ਆ ਕਿ ਕਦੀ ਨਾ ਕਦੀ ਤਾਂ ਚਲ ਜਾਣਾ ਇਹ ਤੁਹਾਨੂੰ ਇਹ ਇਹ ਅਥਾਰਟੀ ਤੁਹਾਨੂੰ ਬਾਰਡਰ ਆਉਂਦਾ ਕਿ ਵੀ ਇਦਾਂ ਵੀ ਹੋ ਜਾਣਾ ਪਰ ਉਸ ਤੋਂ ਬਾਅਦ ਫਿਰ ਨੈਕਸਟ ਕੀ ਕੌਣ ਰਹਿ ਗਿਆ ਤੁਹਾਡੀ ਲਾਈਫ 'ਚ ਤੁਹਾਡਾ ਪਾਰਟਨਰ ਵੀ ਹੈ ਨਹੀਂ ਸੋ ਮੈਨੂੰ ਇਹਦਾ ਲੱਗਦਾ ਕਿ ਜਦੋਂ ਤੁਹਾਨੂੰ ਮੰਨ ਲਓ 40 45 'ਚ ਜਾ ਕੇ ਵੀ ਫੀਲ ਹੁੰਦਾ ਕਿ ਮੈਨੂੰ ਕੋਈ ਚਾਹੀਦਾ ਤੇ ਜੇ ਤੁਸੀਂ ਆਪਣੇ ਹਾਨ ਦੀ ਜਾਂ ਆਪਣੇ ਨਾਲ ਦੀ ਜਾਂ ਤੁਹਾਨੂੰ ਕੋਈ ਚੰਗਾ ਲੱਗਦਾ ਔਰ ਉਹਨੂੰ ਵੀ ਤੁਸੀ ਚੰਗੇ ਲੱਗਦੇ ਜੇ ਤੁਹਾਡਾ ਵਿਆਹ ਹੋ ਵੀ ਜਾਂਦਾ ਤੇ ਮੈਨੂੰ ਕੁਝ ਇਹਦੇ 'ਚ ਗਲਤ ਨਹੀਂ ਲੱਗਦਾ ਬਾਕੀ ਗੱਲ ਰਹੀ ਸੋਸਾਇਟੀ ਦੀ ਸੋਸਾਇਟੀ ਤਾਂ ਦੇਖੋ ਇਹਨਾਂ ਨੇ ਕਿਸੇ ਨੇ ਵੀ ਨਹੀਂ ਜੀਣ ਦਿੱਤਾ ਇਹ ਤਾਂ ਹੈ ਨਾ ਨਾ ਕਿਸੇ ਨੇ ਜਦੋਂ ਜਦੋਂ ਤੁਸੀਂ ਮੈਨੂੰ ਇੱਕ ਹੋਰ ਗੱਲ ਹੈ ਜਦੋਂ ਤੁਸੀਂ ਜਿਉਂਦੇ ਹੁੰਨੇ ਆ ਜ਼ਿੰਦਗੀ 'ਚ ਉਦੋਂ ਤੁਹਾਨੂੰ ਸਾਰੇ ਵਿਰੋਧ ਕਰਦੇ ਆ ਇਹ ਅਟਲ ਸੱਚਾਈ ਆ ਕਿ ਜਦੋਂ ਤੁਸੀਂ ਦੁਨੀਆ 'ਚ ਹੈਗੇ ਆ ਸਾਰੇ ਤੁਹਾਡੇ ਵਿਰੋਧ ਆ ਜਦੋਂ ਤੁਸੀਂ ਹੈ ਨਹੀਂ ਫਿਰ ਤੁਹਾਨੂੰ ਸਾਰੇ ਲੋਕ ਕਹਿੰਦੇ ਕਿ ਇਹ ਤਾਂ ਬੰਦਾ ਹੀ ਬਹੁਤ ਵਧੀਆ ਸੀ ਸੋ ਮੈਨੂੰ ਇਦਾਂ ਲੱਗਦਾ ਕਿ ਜੋ ਦਿਲ ਕਰੇ ਜਿਉਂ ਕੰਮ ਸਹੀ ਲੱਗਦਾ ਤੇ ਜਿਹਦਾ ਡੱਡਾ ਦਿਲੋਂ ਕਰਨ ਨੂੰ ਕਰ ਰਿਹਾ ਤੇ ਇੱਕ ਲਾਈਫ ਆ ਬੜੀ ਸ਼ਾਰਟ ਕਰ ਲੈਣਾ ਚਾਹੀਦਾ ਆਪਣਾ ਮਨ ਨੂੰ ਆਪਣੇ ਮਨ ਨੂੰ ਨਹੀਂ ਸਤਾਉਣਾ ਚਾਹੀਦਾ ਸੋ ਮੈਨੂੰ ਲੱਗਦਾ ਠੀਕ ਆ ਇਹ ਜੀ ਰੁਬੀਨਾ ਜਿੱਦਾਂ ਤੁਸੀਂ ਜਿਸ ਸੋਸਾਇਟੀ ਦੇ ਵਿੱਚ ਤੁਹਾਡੀ ਅਪਬਰਿੰਗ ਹੋਈ ਹੈ ਹੈਨਾ ਉੱਥੇ ਬਹੁਤ ਵਾਈਡ ਸੋਚ ਹੈ ਲੋਕਾਂ ਦੀ ਉਹ ਜੋ ਸਾਡੀ ਇੱਥੇ ਇੰਡੀਆ ਦੇ ਵਿੱਚ ਸੋਸਾਇਟੀ ਹੈ ਜਦੋਂ ਇੱਥੇ ਦੇ ਲੋਕ ਸੋਚਦੇ ਆ ਉਹ ਥੌਟ ਪ੍ਰੋਸੈਸ ਦੇ ਨਾਲ ਨਹੀਂ ਚੱਲਦੇ ਬਟ ਜਦੋਂ ਤੁਸੀਂ ਇੱਥੇ ਆਉਂਦੇ ਹੋ ਜਾਂ ਜਦੋਂ ਤੁਸੀਂ ਇੱਥੋਂ ਦਾ ਮਾਹੌਲ ਦੇਖਦੇ ਹੋ ਕੀ ਫੀਲ ਕਰਦੇ ਹੋ ਔਰ ਕੀ ਸੋਚਦੇ ਹੋ ਕਿ ਯਾਰ ਕਿੰਨਾ ਹਜੇ ਇਹਨਾਂ ਨੇ ਹੋਰ ਅੱਗੇ ਅੱਗੇ ਜਾਣਾ ਹੈ ਅੱਗੇ ਹੋਰ ਸੋਚਣ ਦੀ ਲੋੜ ਹੈ ਆਈ ਥਿੰਕ ਕਵਾਈਟ ਸਿਮਿਲਰ ਐਕਚੁਅਲੀ ਕੈਨੇਡਾ ਦੇ ਵਿੱਚ ਵੀ ਲਾਈਕ ਪੰਜਾਬੀਜ਼ ਇਟਸ ਨਾਟ ਇਨਰ ਹੋਰ ਥੌਟ ਪ੍ਰੋਸੈਸ ਡਿਫਰੈਂਟ ਨਹੀਂ ਹੁੰਦੇ ਹੈ Because at the end of the day, like still, Saudi, Punjab, India, to and especially the ones are born there, they're still the same. Okay, jo born ne. I some, but it depends now. Because the upbringing kameya. So I know in like Saudi Kare you're not allowed to have date age allowed to I think okay. yeah so you know so i think thought pro sorry i think thought process is similar hmm. and especially who uh, jada like and all that with like age then it's it's the same but it's not different like unless you're white oh can i say uh, no, so you're, on caucasian. On <laughs> <list> you're caucasian honestly you're caucasian but uh, a life partner dije gal hun je liye puchna chahoge akhil tusi kive da life partner chahunde ho do rubina da sanu so pata hai ki unna no, nu mil chukya hai life partner but tusi kive da chahunde ho main ta eh halle pata hi nahi mainu main halle steel haji tak nahi pata nahi mainna, mainna, mainna... <laughs> Still, halle, nahi mainu matlab pata hai ga par mainu kyunki halle main main hun single ha ek 1.5 saal to so main hun mainu lagda hun jinna vi hauga mera vihayi hauga kyunki hun ਹੁਣ ਘਰ ਦੇ ਵੀ ਜਦੋਂ ਹੁਣ ਮਾਹੌਲ ਉਹ ਬਣ ਗਿਆ ਹੋਇਆ ਕਿ ਹੁਣ ਵਿਆਹ ਹੀ ਹੋਣਾ ਵਾ ਤਾਂ ਹੁਣ ਇਦਾਂ ਜਿਆਦਾ ਟਾਈਮ ਨਹੀਂ ਆ ਡੇਟ ਕਰਨ ਨੂੰ ਜਾਂ ਜਿਆਦਾ ਸਮਾਂ ਨਹੀਂ ਰਿਹਾ ਕਿ ਹੁਣ ਮੈਂ ਫਿਰ ਕਿਸੇ ਨੂੰ ਅਪਡੇਟ ਕਰਕੇ ਸਮਝੀ ਕਿਉਂਕਿ ਕਦੀ ਵੀ ਮੈਂ ਡੇਟ ਇਸ ਲਈ ਨਹੀਂ ਕੀਤਾ ਕਿ ਮੈਂ ਸਿਰਫ ਉਦੈ ਰਹਿਣਾ ਟਾਈਮ ਹਨਾ ਮੈਂ ਹਮੇਸ਼ਾ ਇਸ ਲਈ ਹੀ ਕਰਦਾ ਹੁੰਦਾ ਸੀ ਕਿ ਜੇ ਵਧੀਆ ਰਹਿ ਗਿਆ ਤਾਂ ਫਿਰ ਵਿਆਹ ਹੀ ਕਰਾ ਲੈਣਾ ਹਨਾ ਪਰ ਉਹ ਫਿਰ ਨਹੀਂ ਸਿਸਟਮ ਜੇ ਬਣਿਆ ਮੇਰਾ ਪਰ ਹੁਣ ਮੈਂ ਫਿਰ ਦੁਬਾਰਾ ਕਰੂੰਗਾ ਸ਼ੁਰੂ ਲਾਣਾ ਅੱਛਾ ਆਪਾਂ ਦੋਨੋਂ ਬਹੁਤ ਖੁਲਕੇ ਮੈਂ ਗੱਲ ਲੱਗ ਗਈ ਸੀ ਵੀ ਹੁਣ ਮੈਂ ਫੇਧਵਾਰਾ ਲੱਭਣਾ ਸ਼ੁਰੂ ਕਰ ਲੱਗਿਆ ਮੈਂ ਪਾਂਚ ਲੋਕ ਲੋਕਾਂ ਦੇ ਕਹਿਣਾ ਕੀ ਸ਼ਰੀਆ ਵਿੱਚ ਤੇ ਹਾਰ ਦਈ ਜਾਂਦੇ ਮੈਨੂੰ ਲੱਗਦਾ ਬਹੁਤ ਸਾਰੀ ਕੁੜੀਆਂ ਜਦੋਂ ਇੰਟਰਵਿਊ ਦੇਖਣ ਗਿਆ ਲਾਈਕ ਉਹ ਦੇਖਣੀਆਂ ਕਿ ਯਾਰ ਹੁਣ ਚਾਂਸ ਹੈਗਾ ਹੈ ਨਾ ਤੁਹਾਡੇ ਪਿੱਛੇ ਅਸੀਂ ਬਹੁਤ ਕੁੜੀਆਂ ਰੋਹਦੀਆਂ ਵੀ ਵੇਖੀਆਂ ਹੋਈਆਂ ਨੇ ਬੀ ਬੀ ਵੈਰੀ ਲੱਕੀ ਟੂ ਹੈਵ ਅ ਬਹੁਤ ਵਧੀਆ ਇਨਸਾਨ ਅੱਛਾ ਤੁਸੀਂ ਕਹ ਰਹੇ ਕੀ ਇਹ ਤਾਂ ਕਿ ਮਤਲਬ ਨਹੀਂ ਸੋਚਿਆ ਕਿ ਕਿਵੇਂ ਦਾ ਲਾਈਫ ਪਾਟਣਾ ਚਾਹੀਦਾ ਜੋ ਹੁਣ ਘਰ ਦੇ ਤਾਂ ਨਹੀਂ ਦੰਦ ਤੱਕ ਛੱਡ ਤਾ ਕਿ ਘਰ ਦੇ ਜੋ ਚਾਣਗੇ ਉੱਥੇ ਵਿਆਹ ਕਰੀ ਘਰ ਦੇ ਨੇ ਤਾਂ ਮੇਤੇ ਛੱਡਿਆ ਹੋਇਆ ਅੱਛਾ ਦੋਨੋਂ ਨਹੀਂ ਹਾਂਜੀ ਪਰ ਮੈਨੂੰ ਲੱਗਦਾ ਕਿ ਮੈਨੂੰ ਜਦੋਂ ਕੁਝ ਹੋਣਾ ਉਹ ਆਪੇ ਹੀ ਮਾਹੌਲ ਬਣ ਜਾਣਾ ਹਨਾ ਕੁਦਰਤ ਆਪਣੇ ਉਹ ਸਿਸਟਮ ਕਰਨ ਲੱਗ ਪੈਂਦੀ ਹੈ ਕਿ ਤੁਹਾਨੂੰ ਆਪੇ ਹੀ ਉਹ ਪਾਰਟਨ ਮਿਲਣ ਲੱਗ ਪੈਂਦਾ ਤੁਹਾਡੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਤੁਹਾਡਾ ਫਟਾਫਟ ਹੋ ਵੀ ਜਾਂਦਾ ਸਾਰਾ ਕੁਝ ਪਰ ਜਦੋਂ ਆਪਾਂ ਕਰਦੇ ਹਾਂ ਕਿ ਨਹੀਂ ਮੈਂ ਇਦਾਂ ਕਰਨਾ ਮੈਂ ਪਲਾਨ ਮੇਰੀ ਜ਼ਿੰਦਗੀ ਚ ਪਲਾਨ ਕੀਤਾ ਹੋਇਆ ਕੁਝ ਵੀ ਨਹੀਂ ਹੋਇਆ ਹਾਂ ਕਈ ਵਾਰ ਹੁੰਦਾ ਹੈ ਹਾਂਜੀ ਮੈਨੂੰ ਲੱਗਦਾ ਆਪੇ ਹੀ ਹੋ ਜਾਣਾ ਜੋ ਅਨਪਲਾਨਡਸ ਦਾ ਜ਼ਿਆਦਾ ਬੈਟਰ ਹੁੰਦੀ ਸਾਰੀਆਂ ਇਦਾਂ ਹੋਈਆਂ ਜਦੋਂ ਗਾਣੇ ਪਲਾਨ ਕਰਕੇ ਕਰੀਦੇ ਆ ਉਹ ਚੱਲਦੇ ਨਹੀਂ ਆ ਜਦੋਂ ਕਹਿੰਦਾ ਯਾਰ ਛੱਡ ਆ ਆ ਵੀ ਕਰ ਦਿੰਨੇ ਵਾਧੂ ਹੀ ਪਿਆ ਉਹ ਚੱਲ ਜਾਂਦਾ ਸੋ ਮੈਨੂੰ ਲੱਗਾ ਕਿ ਅਨਪਲਾਨਡ ਜ਼ਿਆਦਾ ਵਧੀਆ ਹੁੰਦੀਆਂ। ਅਚਨ ਰੂਬੇਰਾ ਤੁਹਾਡੀ ਇਹ ਚੀਜ਼ ਦੀ ਪਾਲ ਤਾਂ ਖਤਮ ਹੋ ਗਈ ਹੈ ਹੈਨਾ ਕਿਉਂਕਿ ਤੁਹਾਨੂੰ ਤੁਹਾਡਾ ਲਾਈਫ ਪਾਰਟ ਮਿਲ ਚੁੱਕਿਆ ਹੈ। ਬਟ ਤੁਸੀਂ ਕੀ ਸੋਚਦੇ ਸੀ ਪਹਿਲਾਂ ਪਿਆਰ ਬਾਰੇ ਔਰ ਉਹ ਚੀਜ਼ਾਂ ਇਹ ਜਾਨਣਾ ਚਾਹੂੰਗੀ ਕਿ ਕੀ ਜਿਹੜੀ-ਕਿਹੜੀ ਚੀਜ਼ਾਂ ਤੁਹਾਨੂੰ ਜਿਹੜੀ ਸੋਚਦੇ ਸੀ ਉਹ ਮਿਲ ਚੁੱਕੀਆਂ ਨੇ। ਅ ਨੇ ਆ ਹੀ ਇਸ ਰਸ਼ਿੰਗ ਮੈਂ ਸੋਚੀ ਮੈਂ ਕੀ ਕਹਾ ਉਹ ਕਿ ਨੋ ਆਈ ਥਿੰਕ ਨੇ ਕੁਐਸਚਨ ਕੀ ਸੀਗਾ ਕਿ ਮੈਂ ਕਿਹੜੀ ਚੀਜ਼ਾਂ ਤੁਸੀਂ ਸੋਚਦੇ ਸੀ ਕਿ ਮੇਰੇ ਲਾਈਫ ਪਾਰਟਨ ਦੇ ਵਿੱਚ ਹੋਣੀਆਂ ਚਾਹੀਦੀਆਂ ਔਰ ਉਹ ਤੁਹਾਨੂੰ ਆਪਣੇ ਲਾਈਫ ਪਾਰਟਨ ਦੇ ਵਿੱਚ ਮਿਲ ਚੁੱਕਿਆ ਨੇ oh i companionship ਆਪਾਂ ਬੋਥ ਇਵਤ ਲਾਈਕ ਵੇਰ ਵਿਦਿਆ ਦੋਸਤਾ ਆਪਾਂ ਵੀ ਲਾਈਕ ਹੈਂਗਿੰਗ ਆਊਟ ਇੱਕ ਦੂਜੇ ਦੇ ਨਾਲ ਆਮ ਉਹਨਾਂ ਦੀ ਵੀ ਬਹੁਤ ਵੱਡੀ ਫੈਮਿਲੀ ਆ ਲਾਈਕ ਬ੍ਰਦਰਸ ਸਿਸਟਰਸ ਤੇ ਮੇਰੇ ਵੀ ਆ ਸੋ ਵੀ ਹੈਵ ਦੈਟ ਅੰਡਰਸਟੈਂਡਿੰਗ ਤੇ ਆ ਕਰੀਅਰ ਓਰੀਐਂਟਡ ਐਂਡ ਹਮ ਲੋਟਸ ਆਫ ਲਵ ਐਂਡ ਅਫੈਕਸ਼ਨ ਸੋ ਆਪਾਂ ਆਫ ਦੀ ਕੈਮਰਾ ਹੈ ਨਾ ਗੱਲ ਕਰ ਰਹੇ ਸੀ ਕਿ ਮੈਂ ਨੀਰੂ ਜੀ ਨੂੰ ਪੁੱਛਿਆ ਸੀ ਕਿ ਰੂਬੀਨਾ ਦਾ ਵਿਆਹ ਕਦੋਂ ਹੋ ਰਿਹਾ ਹੈ ਐਂਡ ਸ਼ੀ ਸੈਡ ਕਿ ਜਲਦ ਹੋ ਰਿਹਾ ਲਾਈਕ ਅਬ ਥੋੜੀ ਪ੍ਰੋਮੋਸ਼ਨਸ ਤੋਂ ਬਾਅਦ ਤੁਸੀਂ ਹੈ ਨਾ ਫਿਰ ਜਾਓਗੇ ਔਰ ਕੋਈ ਡੈਸਟੀਨੀ ਡੈਸਟੀਨੇਸ਼ਨ ਵੈਡਿੰਗ ਹੈ ਨਾ ਤੁਸੀਂ ਪਲਾਨ ਕੀਤੀ ਹੋਈ ਹੈ ਸੋ ਇਹ ਇਮੀਡੀਏਟ ਆਫਟਰ ਦਿਸ ਮਤਲਬ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੋ ਰਹੀ ਹੈ ਹਜੇ ਕੁਝ ਟਾਈਮ ਹੈ thoda sa time hai ka but it wasn't planned ke you know uh, promotions to baad bas date hi mili si us time us resort pe so that was my only option ke i had to fix karna so yeah promotions to baad and uh, what about preparations ho gayi mai badi gal kar rahi hu i'll be very honest koi proper schedule nahi no emails aaye na ke aha karna oh kind of mai kya oh mai promotions nahi mai aj nahi kar sakti par ha thoda sa hai ka par mai ਅਜੀ ਟਾਈਮ ਹੈ ਐਨੈਕਸਾਇਟੀ ਵੀ ਨੂੰ ਰਮਾਈ ਦਾ ਕਰੋਗੇ ਸਟਿਲ ਹਜੇ ਮਤਲਬ ਹੁੰਦਾ ਹੈ ਨਾ ਆਪਾਂ ਕਿੰਨੇ ਵੀ ਸਾਲ ਤੋਗਾ ਕਿਸੇ ਨੂੰ ਜਾਣਦੇ ਹੋਈਏ ਬਟ ਇਹ ਇੱਕ ਇਦਾਂ ਦੀ ਸਟੇਜ ਹੈ ਮੈਰਿਜ ਜਦੋਂ ਕਰਨੀ ਹੁੰਦੀ ਹੈ ਨਾ ਉਦੋਂ ਬਹੁਤ ਐਨਕਸਾਇਟੀ ਹੁੰਦੀ ਹੈ ਬਹੁਤ ਸਾਰੀ ਬਟਰਫਲਾਈਜ਼ ਆ ਰਹੀਆਂ ਹੁੰਦੀਆਂ ਮੈਨੂੰ ਤਾਂ ਫਿਲਮ ਲਈ ਬਹੁਤ ਆਈ ਜਾਂਦੀ ਵਿਆਹ ਦਾ ਮੇਰੇ ਨਾਲ ਤਾਂ ਬਹੁਤ ਵੱਡੀ ਚੀਜ਼ ਹੈ ਐਂਡ ਗੇਮ ਓਵਰ ਮੈਨੂੰ ਲੱਗਦਾ ਕਿ ਇੱਕ ਨਵੀਂ ਗੇਮ ਸਟਾਰਟ ਹੋਵੇ ओके वंडरफुल फीलिंग हां बिल्कुल बिल्कुल और मेरा तो हो गया वे तो मैं तो कह सकती हां मेरा तो ਵਿਆਹ ਕਰਾ ਕੇ ਕਹਿਣਾ ਪੈਂਦਾ ਇਕ ਮਿਲਦਾ ਤੁਸੀਂ ਵੀ ਉਤੋਤੇ ਗੇਰੇ ਹੋ। ਓਕੇ ਸੋ ਤੁਸੀਂ ਦੱਸ ਰਹੇ ਹੋ ਹੈ ਨਾ ਕਿ ਮੈਨੂੰ ਤਾਂ ਫਿਲਮ ਦੇ ਲਈ ਹੀ ਇਹਦੀ ਬਟਰਫਲਾਈਜ਼ ਆ ਰਹੀ ਹੈ ਕਿਉਂਕਿ ਤੁਹਾਡੀ ਡੈਬਿਊ ਫਿਲਮ ਹੈ ਹੈ ਨਾ ਔਰ ਬਹੁਤ ਵੇਟ ਕੀਤਾ ਹੈ ਤੁਸੀਂ ਇਸ ਚੀਜ਼ ਦਾ ਕਿਉਂਕਿ ਲਾਕਡਾਊਨ ਇਦਾਂ ਦੀ ਚੀਜ਼ ਆ ਗਈ ਜਿਹੜੀ ਵਿੱਚ ਕਿਸੇ ਦਾ ਜ਼ੋਰ ਨਹੀਂ ਸੀ ਕਿ ਆਪਾਂ ਫਿਲਮ ਜਿਹੜੀ ਰਿਲੀਜ਼ ਕਰ ਸਕੀਏ ਸੋ ਹੁਣ ਜਦੋਂ ਫਿਲਮ ਫਾਈਨਲੀ 9 ਸਪਟੈਂਬਰ ਨੂੰ ਰਿਲੀਜ਼ ਹੋਣੀ ਹੈ ਸੋ ਕਿਹੜੇ ਕਿਹੜੇ ਮੈਸੇजेस ਤੁਹਾਨੂੰ ਆ ਰਹੇ ਹੈ ਤੁਹਾਡੇ ਜਿਹੜੇ ਚਾਉਣ ਵਾਲੇ ਹੈ ਜਾਂ ਤੁਹਾਡੇ ਜਿਹੜੇ ਫਰੈਂਡਸ ਹੈ ਉਹ ਕੀ ਕੀ ਕਹਿ ਰਹੇ ਹੈ ਤੁਹਾਨੂੰ ਮੇਰੇ ਸਾਰੇ ਦੋਸਤ ਜਾਂ ਰਿਲੇਟਿਵ ਜਾਂ ਜਿਹੜੇ ਮੇਰੇ ਘਰ ਦੇ ਆ ਉਹ ਖੁਸ਼ ਆ ਕਿਉਂਕਿ ਉਹ ਮੈਨੂੰ ਬੜੇ ਸਾਲਾਂ ਤੋਂ ਕਹਿ ਰਹੇ ਸੀ ਜਦੋਂ ਦੇ ਮੇਰੇ ਗਾਣੇ ਚੱਲ ਰਹੇ ਸੀ ਕਿ ਕਿ ਫਿਲ ਆਪਾਂ ਕਦੋਂ ਕਰਨੀ ਫਿਲਮ ਤੂੰ ਕਿਉਂਕਿ ਮੈਨੂੰ ਸਾਰੇ ਕਹਿੰਦੇ ਕਿ ਜਿਹੜਾ ਤੇਰਾ ਅਸਲੀ ਰੂਪ ਆ ਜਿਹੜਾ ਫਨੀ ਰੂਪ ਆ ਜਾਂ ਜਿਹੜਾ ਹਸਣ ਖੇਡਣ ਵਾਲਾ ਰੂਪ ਆ ਜਿਹਦਾ ਰੁਬੀਨਾ ਵੀ ਕਹਿੰਦੇ ਆ ਕਿ ਉਹ ਦੁਨੀਆ ਨੇ ਨਹੀਂ ਦੇਖਿਆ ਹੋਇਆ ਕਿਉਂਕਿ ਅਸੀਂ ਮੈਂ ਕਿਉਂਕਿ ਸਨੈਪਚੈਟ 'ਚ ਵੀ ਬੜਾ ਚੁੱਪ ਕਰਕੇ ਇਦਾਂ ਪਾ ਦਿੰਨਾ ਹੀ ਮੇਰਾ ਗਾਣਾ ਆ ਰਿਹਾ ਉਹ ਕਹਿੰਦੇ ਇਹ ਤੂੰ ਨਹੀਂ ਆ ਜੋ ਤੂੰ ਉਹ ਦੇਖਿਆ ਨਹੀਂ ਹੈ ਉਹ ਫਿਲਮ ਦੇ ਵਿੱਚ ਦੇਖਿਆ ਉਹ ਫਿਲਮ ਦੇ ਵਿੱਚ ਵੀ ਮੈਂ ਕਹਿੰਦਾ ਬਹੁਤ ਜ਼ਿਆਦਾ ਨਹੀਂ ਦੇਖਿਆ ਪਰ 50% ਦੇਖਿਆ ਕਿਉਂਕਿ ਮੈਂ ਫਿਲਮ ਚ ਵਿੱਚ ਵੀ ਇੱਕ ਧਾਇਰੇ ਚ ਵੱਜਿਆ ਹੋਇਆ ਸੀਗਾ ਨਾ ਮੈਨੂੰ ਉਹ ਕਰਨਾ ਪੈਣਾ ਸੀ ਪਰ ਜਿੱਦਾਂ ਜਿਹੜਾ ਜਿੱਦਾਂ ਅਸੀਂ ਜੋ ਖੱਪ ਕਰਦੇ ਹਾਂ ਰੋਜ਼ ਜਿਹੜੀਆਂ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਪਾਉਂਦੇ ਹਾਸੇ ਮਜ਼ਾਕ ਆਪਣੇ ਦੋਸਤਾਂ ਨਾ ਮੈਨੂੰ ਲੱਗਦਾ ਕਿ ਉਹ ਲੋਕਾਂ ਨੂੰ ਹੁਣ ਦਿਖਾਉਣਾ ਚਾਹੀਦਾ ਮੈਨੂੰ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਲੋਕ ਤਾਂ ਨਾ ਜ਼ਿਆਦਾ ਕਨੈਕਟ ਕਰ ਪਾਉਂਦੇ ਆ ਜਦੋਂ ਤੁਸੀਂ ਆਪਣਾ ਸੱਚ ਜਾਂ ਆਪਣਾ ਆਪਣੀਆਂ ਹਾਸੀਆਂ ਖੇਡੀਆਂ ਜਾਂ ਜਿਹੜੀਆਂ ਤੁਸੀਂ ਆਪਣੇ ਦੋਸਤਾਂ ਨਾਲ ਮਜ਼ਾਕ ਕਰਦੇ ਉਹ ਦੱਸਦੇ ਆ ਲੋਕਾਂ ਨੂੰ ਕਿਉਂਕਿ ਫਿਰ ਤੁਹਾਨੂੰ ਲੋਕਾਂ ਨੂੰ ਇਦਾਂ ਲੱਗਦਾ ਇਹ ਵੀ ਸਾਡੇ ਵਰਗਾ ਹੀ ਆ ਆਪਾਂ ਕਈ ਵੇਲੇ ਆਪਾਂ ਨੂੰ ਇਦਾਂ ਲੱਗਦਾ ਕਿ ਆਪਾਂ ਜ਼ਿਆਦਾ ਨਾ ਖਪਖਾਨਾ ਪਾਈਏ ਕਿਤੇ ਲੋਕ ਸਾਨੂੰ ਇਦਾਂ ਨਾ ਸਮਝ ਲੈਣ ਕਿ ਇਹ ਕੀ ਕਰੀ ਜਾਂਦਾ ਪਿਆ ਕਿਉਂਕਿ ਸਾਰੇ ਤਰ੍ਹਾਂ ਦੀ ਆਡੀਅנס ਆ ਲੋਕ ਜੱਜ ਵੀ ਕਰਦੇ ਆ ਲੋਕ ਖੁਸ਼ ਵੀ ਹੁੰਦੇ ਆ ਲੋਕ ਇੰਜੋਏ ਵੀ ਕਰਦੇ ਆ ਫੇ ਆਪਾਂ ਨੂੰ ਸੋਚ ਮੈਂ ਸਿਰਫ ਉਹਨਾਂ ਨੂੰ ਲੈ ਕੇ ਚੱਲਦਾ ਜਿਹੜੇ ਜੱਜ ਕਰਦੇ ਮੈਂ ਉਹਨਾਂ ਕਰਕੇ ਰੁਕਿਆ ਰਹਿਣਾ ਕਿ ਨਹੀਂ ਪਾਉਣਾ ਲੱਗਦਾ ਨਹੀਂ ਕਿ ਅਖਿਰ ਸੇਮ ਸਵਾਲ ਰੁਬੀਨਾ ਤੋਂ ਹੈ ਕਿ ਜਦੋਂ ਅਸੀਂ ਬਹੁਤ ਜ਼ਿਆਦਾ ਸੋਚਣ ਲੱਗ ਪੈਂਦੇ ਆ ਨਾ ਅਦੋਂ ਅਸੀਂ ਆਪਣੇ ਆਪ ਦੀ ਮਤਲਬ ਜੋ ਸਾਡੀ ਜੋ ਆਪਣੀ ਸਾਡੀ ਇੱਕ ਪਛਾਣ ਹੈ ਜਾਂ ਜੋ ਸਾਡਾ ਆਪਣਾ ਨੇਚਰ ਹੈ ਉਹ ਕਿਤੇ ਨਾ ਕਿਤੇ ਦਬ ਜਾਂਦਾ ਹੈ ਮੇਰਾ ਦਬਿਆ ਕਿਉਂਕਿ ਹਾਂਜੀ ਬਿਲਕੁਲ ਦਬਿਆ ਕਿਉਂਕਿ ਮੈਂ ਹਮੇਸ਼ਾ ਆਪਣੇ ਆਪ ਨੂੰ ਰੋਕਦਾ ਹੀ ਰਿਹਾ ਹਰ ਚੀਜ਼ ਤੋਂ ਜਦੋਂ ਅਸੀਂ ਕੱਲ ਵੀ ਆ ਰਹੇ ਸੀ ਅਸੀਂ ਗੱਡੀ 'ਚ ਬਹੁਤ ਇਦਾਂ ਦੀਆਂ ਗੱਲਾਂ ਕੀਤੀਆਂ ਜਦੋਂ ਅਸੀਂ ਪ੍ਰੋਮੋਸ਼ਨ ਤੋਂ ਆ ਰਹੇ ਸੀ ਜਿੱਤੇ ਅਸੀਂ ਬਹੁਤ ਹੀ ਹੱਸੇ ਬਹੁਤ ਖੱਪਖਾਨਾ ਕਰਦੇ ਮੈਨੂੰ ਲੱਗਾ ਕਿ ਉਹ ਗੱਲਾਂ ਵੀ ਇਦਾਂ ਦੀਆਂ ਨਹੀਂ ਸੀ ਕਿ ਜਿਹੜੀਆਂ ਲੋਕਾਂ ਨੂੰ ਅਸੀਂ ਨਹੀਂ ਦੱਸ ਸਕਦੇ ਸੀ ਅਸੀਂ ਉਹ ਪਾ ਵੀ ਸਕਦੇ ਸੀ ਅਸੀਂ ਖੱਪਖਾਨਾ ਕਰ ਸਕਦੇ ਸੀ ਪਰ ਮੈਨੂੰ ਕਦੇ ਵੀ ਇਦਾਂ ਲੱਗਦਾ ਰਹਿੰਦਾ ਕਿ ਇਹ ਹਰ ਚੀਜ਼ ਸੋਸ਼ਲ ਮੀਡੀਆ ਤੇ ਪਾਉਣੀ ਜ਼ਰੂਰੀ ਨਹੀਂ ਹੈ ਮੇਰੀ ਪ੍ਰਾਈਵੇਟ ਲਾਈਫ ਆ ਜਾਂ ਮੈਂ ਆਪਣੇ ਦੋਸਤਾਂ ਨਾਲ ਹਨਾ ਖੱਪਖਾਨਾ ਕਰ ਰਿਹਾ ਪਰ ਫਿਰ ਹੁਣ ਮੈਂ ਸੋਚਿਆ ਆ ਕਿ ਹੁਣ ਮੈਂ ਕੁਝ ਹਲਕਾ ਫੁਲਕਾ ਜਿਹਾ ਸ਼ੇਅਰ ਕਰਨਾ ਸ਼ੁਰੂ ਕਰਨਾ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਉਹ ਕਨੈਕਟੀਵਿਟੀ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਵੀ ਕਈ ਗੋਰਿਆਂ ਨੂੰ ਕਈ ਇੰਡੀਅਨ ਇਨਫਲੂਐਂਸਰਸ ਨੂੰ ਸਨੈਪਚੈਟ ਤੇ ਸਿਰਫ ਤਾਂ ਹੀ ਦੇ ਦਾਂ ਕਿਉਂਕਿ ਮੈਨੂੰ ਇਦਾਂ ਲੱਗਦਾ ਨਾ ਰਾਤ ਨੂੰ ਜਦੋਂ ਮੈਂ ਫ੍ਰੀ ਹੁੰਨਾ ਮੈਨੂੰ ਲੱਗਦਾ ਯਾਰ ਅੱਜ ਉਹਨੇ ਕੀ ਕੀਤਾ ਹੋਊਗਾ ਮੈਂ ਖੋਲ ਕੇ ਵੇਖਦਾ ਕਿ ਅੱਜ ਇੱਥੇ ਗਿਆ ਇੱਥੇ ਗਿਆ ਨੇ ਆ ਖਾਦਾ ਮੈਨੂੰ ਇਦਾਂ ਲੱਗਦਾ ਕਿ ਇਦਾਂ ਹੀ ਲੋਕ ਸ਼ਾਇਦ ਮੇਰੀ ਵੀ ਵੇਟ ਕਰਦੇ ਹੋਣਗੇ ਪਰ ਮੈਂ ਕੁਝ ਪਾਉਂਦਾ ਨਹੀਂ ਹੂੰ ਸੋ ਹੁਣ ਉਹ ਚੀਜ਼ ਕਰਨੀ ਚਾਹੀਦੀ ਆ ਪਰ ਹੁਣ ਮੈਂ ਆਪਣਾ ਹੌਸਲਾ ਬੁਲੰਦ ਕਰੂੰਗਾ ਕਿ ਮੈਂ ਉਹ ਖੁੱਲ ਕੇ ਆ ਸਕਾਂ ਨਾ ਮੁਰੇ ਜੀ ਰੁਬੀਨਾ ਤੁਹਾਨੂੰ ਵੀ ਇੰਡਸਟਰੀ 'ਚ ਬਹੁਤ ਟਾਈਮ ਹੋ ਚੁੱਕਿਆ ਹੈ ਰਾਈਟ ਜੋ ਡੇ 1 ਤੁਸੀਂ ਇੰਡਸਟਰੀ 'ਚ ਪੈਰ ਰੱਖਿਆ ਸੀ ਜਿਸ ਰੁਬੀਨਾ ਨੇ ਕਿ ਅਜੇ ਵੀ ਰੁਬੀਨਾ ਸੇਮ ਇਅਰ ਜੇ ਵੀ ਨਹੀਂ ਤੁਹਾਨੂੰ ਤਾਂ ਨਹੀਂ ਐਵੇਂ ਹੋਇਆ ਕਿ ਇਹ ਪਬਲਿਕ ਫਿਗਰ ਬਣ ਚੁੱਕੇ ਆ ਥੋੜਾ ਜਿਹਾ ਨਹੀਂ ਮੈਨੂੰ ਮੇਰੀ ਸੋਚ ਬਹੁਤ ਅਲੱਗ ਹੈ ਕਦੇ ਕਦੇ ਮੈਨੂੰ ਥੋੜੀ ਜਿਹੀ ਟਰਬਲ ਵੀ ਮਿਲ ਜਾਂਦੀ ਹੈ ਇਸ ਗੱਲ ਤੋਂ Uh, I think pro professional and personal life is two separate things, and mm -hmm. I don't think I may have the dab sakdia. And even on social media, I but main, uh, main pehla di, like I think about my mom, because it's okay and I kisi the dill so I. But jera kuch like life, jonia. Like, I just because I love life. Yeah, so I don't. ਜੇ ਮੈਂ ਨਹੀਂ ਪਸੰਦ ਫਿਰ ਨਾ ਦੇਖੋ ਬਸ ਕੋਈ ਕੁਝ 네ਗੇਟਿਵ ਨਾ ਬੋਲੋ ਕੋਈ ਕੁਝ 네ਗੇਟਿਵ ਨਾ ਬੋਲੋ ਪਿਆਰ ਦੀਆਂ ਗੱਲਾਂ ਕਰੋ ਮੈਨੂੰ ਲੱਗਦਾ ਕਿ ਇਸ ਚੀਜ਼ ਇਹੀ ਸਹੀ ਹੈ ਜਿੱਦਾਂ ਆਖਿਲ ਕਹਿ ਰਿਹਾ ਕਿ ਮੈਂ ਸੋਚਦਾ ਉਹਨਾਂ ਲੋਕਾਂ ਵਰੀ ਜੋ ਜਜ ਕਰਦੇ ਆ ਹੈਨਾ ਕਿ ਅਗਰ ਤੁਸੀਂ ਕਿਸੇ ਨੂੰ ਨਹੀਂ ਪਸੰਦ ਕਰਦੇ ਤੁਸੀਂ ਉਹਨਾਂ ਨੂੰ ਨਾ ਦੇਖੋ ਤੁਸੀਂ ਨਾ ਵੇਖੋ ਬਜਾਏ ਉਹਨੂੰ ਕਿ ਉਹਨੂੰ ਕੁਝ 네ਗੇਟਿਵ ਕਹੋ ਹੈਨਾ ਹਰ ਕਿਸੇ ਦੀ ਆਪਣੀ ਹੁਣ ਜਿੱਦਾਂ ਮੰਨ ਲਓ ਮੈਨੂੰ ਕੋਈ ਪਸੰਦ ਨਹੀਂ ਆ ਮੰਨ ਲਓ ਮੈਂ ਕਿਸੇ ਨੂੰ ਪਸੰਦ ਨਹੀਂ ਕਰਦਾ ਮੈਂ ਉਹਦਾ ਕੰਟੈਂਟ ਨਹੀਂ ਦੇਖਦਾ ਮੈਂ YouTube ਤੇ ਉਹਦਾ ਨਾਮ ਨਹੀਂ ਸਰਚ ਕਰਦਾ ਪਰ ਇਹ ਨਹੀਂ ਹੈ ਕਿ ਮੈਂ ਉਹਦੇ ਸੋਸ਼ਲ ਮੀਡੀਆ ਤੇ ਆ ਕੇ ਥੱਲੇ ਗੰਦੀਆਂ ਗੰਦੀਆਂ ਗਾਲਾਂ ਨਹੀਂ ਕੱਢ ਰਿਹਾ ਕਿਉਂਕਿ ਮੈਨੂੰ ਪਤਾ ਕਿ ਉਹ ਪੜੇ ਨਾ ਪੜੇ ਜਾਂ ਮੈਂ ਮੈਨੂੰ ਵੀ ਕੱਢ ਕੇ ਕੀ ਮਿਲਣਾ ਬਸ ਜੇ ਤਾਂ ਨਹੀਂ ਪਸੰਦ ਮਿਲਦਾ ਕਿਸੇ ਤੋਂ ਸਭ ਤੋਂ ਵਧੀਆ ਜੇ ਤੁਸੀਂ ਉਹ ਵੈਸੇ ਤਾਂ ਰਿਵੈਂਜ ਲੈਣਾ ਨਹੀਂ ਚਾਹੀਦਾ ਪਰ ਜੇ ਤੁਸੀਂ ਕਿਸੇ ਤੋਂ ਸੋਚਦੇ ਆ ਕਿ ਇਹ ਭਾਵਨਾ ਰੱਖਣੀ ਕਿ ਮੈਂ ਤੈਨੂੰ ਪਸੰਦ ਨਹੀਂ ਕਰਦਾ ਉਹਦੇ ਲਈ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਉਹਨੂੰ ਤੁਸੀਂ ਤੁਸੀਂ ਉਹਨੂੰ ਇਗਨੋਰ ਕਰ ਦਿਓ ਤੁਸੀਂ ਦੇਖੋ ਹੀ ਨਾ ਤੁਸੀਂ ਫਿਰ ਹੁਣ ਹੁਣ ਤਾਂ ਇੰਟਰਨੈਟ ਵੀ ਇੰਨਾ ਸਿਆਣਾ ਜਿਹਨੂੰ ਤੁਸੀਂ ਨਹੀਂ ਫੋਲੋ ਕਰਦੇ ਉਹ ਕੰਟੈਂਟ ਵੀ ਨਹੀਂ ਤੁਹਾਡੇ ਮੂਰੇ ਆਉਣ ਦਿੰਦਾ ਹੁਣ ਤਾਂ ਹੁੰਦਾ ਹੁਣ ਤਾਂ ਤੁਸੀਂ ਗੂਗਲ ਤੇ ਵੀ ਸਰਚ ਕਰੋ ਟੀ-ਸ਼ਰਟਸ ਤੇ ਇੰਸਟਾਗ੍ਰam ਤੇ ਟੀ-ਸ਼ਰਟ ਆਉਣਾ ਪੈਂਦਾ ਹਰ ਜਗ੍ਹਾ ਟੀ-ਸ਼ਰਟ ਕਹਿਣਾ ਜਾਂ ਕਿਸੇ ਨੂੰ ਬੁਰਾ ਨਾ ਬੋਲਣਾ ਸਭ ਤੋਂ ਵਧੀਆ ਰਿਵੈਂਜ ਹੈ ਕਿ ਤੁਸੀਂ ਕਿਸੇ ਨੂੰ ਕੁਝ ਨਾ ਕਹੋ ਉਹਨੂੰ ਉਹਨੂੰ ਇਦਾਂ ਫੀਲ ਕਰਾਓ ਕਿ ਮੈਂ ਤੇਰੇ ਬਾਰੇ ਗੱਲ ਹੀ ਨਹੀਂ ਕਰ ਰਿਹਾ ਹਾਂ ਸੋ ਜਿਆਦਾ ਬੈਟਰ ਹੈ ਡੈਬਿਊ ਦੀ ਗੱਲ ਚੱਲੀਏ ਸੋ ਜਦੋਂ ਡੈਬਿਊ ਕਰਨਾ ਸੀਗਾ ਅਖਿਲ ਉਸ ਟਾਈਮ ਦੇ ਵਿੱਚ ਇਹ ਸੀਗਾ ਦਿਮਾਗ ਦੇ ਵਿੱਚ ਕਿ ਕਿਹੜੀ ਚੀਜ਼ ਤੋਂ ਕਰਾਂ ਜਾਂ ਕੀ ਪ੍ਰੋਜੈਕਟ ਹੋਣਾ ਚਾਹੀਦਾ ਜਾਂ ਫਿਰ ਸੀਗਾ ਕਿ ਨਹੀਂ ਇੱਕ ਵਾਰ ਡੈਬਿਊ ਕਰਨਾ ਜ਼ਰੂਰੀ ਹੈ ਕਿਉਂਕਿ ਬਾਅਦ ਵਿੱਚ ਬਹੁਤ ਕੰਮ ਕਰਨਾ ਹੁੰਦਾ ਇਹ ਚੀਜ਼ਾਂ ਸੀ ਦਿਮਾਗ ਦੇ ਵਿੱਚ ਅ ਡੈਬਿਊ ਤਾਂ ਕਰਨ ਨੂੰ ਮੈਂ 2016 17 ਚ ਵੀ ਕਰ ਸਕਦਾ ਸੀ ਕਿਉਂਕਿ ਉਦੋਂ ਵੀ ਮੈਨੂੰ ਇੱਕ ਦੋ ਸਟੋਰੀਜ਼ ਆਈਆਂ ਪਰ ਉਹ ਸਟੋਰੀਜ਼ ਨਾਲ ਤਾਂ ਕੋਈ ਬਹੁਤ ਹੀ ਵਧੀਆ ਡਾਇਰੈਕਟਰ ਜਿਹਨਾਂ ਨੂੰ ਜਦੋਂ ਉਦੋਂ ਜਿਹਨਾਂ ਨੂੰ ਮੈਂ ਪਸੰਦ ਕਰਦਾ ਸੀ ਕਿ ਮੈਂ ਇਹਨਾਂ ਨਾਲ ਕੰਮ ਕਰਨਾ ਉਹਨਾਂ ਵੱਲੋਂ ਨਹੀਂ ਸੀ ਦੂਸਰੀ ਗੱਲ ਉਹ ਸਟੋਰੀਜ਼ ਵਿੱਚ ਮੈਨੂੰ ਇਦਾਂ ਲੱਗਦਾ ਸੀ ਜਿਹੜਾ ਕੈਰੈਕਟਰ ਮੈਂ ਪਲੇ ਕਰਨਾ ਹੈ ਉਹ ਮੈਂ ਨਹੀਂ ਹ ਕਿ ਮੈਨੂੰ ਬਣਨਾ ਪੈਣਾ ਉਹ ਕਿਉਂਕਿ ਮੈਨੂੰ ਫਿਰ ਇਹ ਵੀ ਡਰ ਸੀ ਕਿ ਇੱਕਦਮ ਆ ਗਾਣੇ ਗਾ ਰਿਹਾ ਵਾਂ ਇੱਕਦਮ ਹੀ ਏਡਾ ਵੱਡਾ ਚੇਂਜ ਲੈ ਆਉਣਾ ਕਿ ਵਿਆ ਬੰਦਾ ਗਾਣੇ ਗਾਉਂਦੇ ਗੁੰਦੇ ਸਿੱਧਾ ਹੀ ਕਿਹੜੇ ਕੈਰੈਕਟਰ ਚ ਵੜ ਗਿਆ ਉਹ ਪਚਣਾ ਨਹੀਂ ਸੀ ਲੋਕਾਂ ਨੂੰ ਲੋਕਾਂ ਨੂੰ ਲੱਗਣਾ ਸੀ ਵੀ ਇਹਨੂੰ ਕੀ ਹੋ ਗਿਆ ਕਿਉਂਕਿ ਇੱਥੇ ਹੈ ਉਹ ਮਾਹੌਲ ਇੱਥੇ ਹੁਣ ਆਪਾਂ ਸਾਊਥ ਇੰਡੀਆ ਦੀ ਗੱਲ ਕਰਦੇ ਆਂ ਜੇ ਉੱਥੇ ਮੰਨ ਲਓ ਇੱਕ ਐਕਟਰ ਹੈ ਧਨੁਸ਼ ਉਹ ਕਿਸੇ ਨੂੰ ਕੁੱਟਦਾ ਆ ਜਾਂ ਚਾਰ ਜਣੇ ਨੂੰ ਕੁੱਟਦਾ ਆ ਆਪਾਂ ਕਹਿੰਨੇ ਕਿ ਯਾਰ ਕੁੱਟ ਸਕਦਾ ਉਹ ਸਾਊਥ ਇੰਡੀਆ ਉਹ ਤਾਂ ਪੈਰ ਪੈਰ ਵੀ ਜ਼ਮੀਨ ਤੇ ਰੱਖਦੇ ਤੇ ਹਵਾ ਉੱਡਦੀ ਹਵਾ ਉੱਡਦੀ ਹੈ ਨਾ ਸੋ ਆਪਾਂ ਇੱਥੇ ਹਲੇ ਉਹ ਅਕਸੈਪਟ ਕਰਨਾ ਨਹੀਂ ਆਪਾਂ ਕਰਦੇ ਕਿ ਆਪਾਂ ਨੂੰ ਇਹ ਹੈ ਕਿ ਯਾਰ ਇਹ ਇਹ ਇੰਨੀ ਕੁ ਦੇਹ ਵਾਲਾ ਬੰਦਾ ਜਾਂ ਇੰਨੇ ਕੁ ਸ਼ਰੀ ਅੱਪਾ ਕਹਿੰਦੇ ਕਿ ਨਹੀਂ ਇਦਾਂ ਕਿਦਾਂ ਹੋ ਗਿਆ ਲੈ ਇਹ ਕਿੱਥੋਂ ਜਾਣ ਆ ਗਏ ਸੋ ਮੈਨੂੰ ਇਹਦਾ ਲੱਗਦਾ ਕਿ ਮੈਨੂੰ ਆਪਣੇ ਗਾਣਿਆਂ ਵਰਗਾ ਹੀ ਕਰੈਕਟਰ ਲੱਭਦਾ ਸੀ ਮੈਂ ਕਿ ਕੁਝ ਇਦਾਂ ਦਾ ਹੀ ਹੋਵੇ ਜਿਦਾਂ ਦਾ ਮੈਂ ਹੈਗਾ ਜਾਂ ਜੋ ਮੈਂ ਕਾਲਜ ਜਾਂਦਾ ਹੁੰਦਾ ਹੁੰਦਾ ਸੀ ਘਰ ਆਉਂਦਾ ਹੁੰਦਾ ਸੀ ਕੁਝ ਵੀ ਜਿੱਦਾਂ ਦੀ ਕਹਾਣੀ ਹੈ ਹੀ ਆ ਇਹ ਸੋ ਮੈਨੂੰ ਲੱਗਾ ਕਿ ਜਦੋਂ ਮੈਂ ਮੈਂ ਇੱਕ ਆਫਿਸ 'ਚ ਗਿਆ ਸੀ ਚੰਡੀਗੜ੍ਹ ਮੈਮ ਵੀ ਉੱਥੇ ਬੈਠੇ ਹੋਏ ਸੀ ਉਹ ਕਿਸੇ ਹੋਰ ਨੂੰ ਮਿਲਣ ਆਏ ਹੋਏ ਸੀ ਇਸ ਫਿਲਮ ਲਈ ਤੇ ਮੈਂ ਮੈਨੂੰ ਮੈਮ ਨੇ ਫਿਰ ਬੁਲਾਇਆ ਅਸੀਂ ਗੱਲ ਕੀਤੀ ਮੈਮ ਕਹਿੰਦੇ ਇਹ ਕਰੈਕਟਰ ਆ ਮਤਲਬ ਆ ਮੈਨੂੰ ਚੀਜ਼ ਚਾਹੀਦੀ ਆ ਆ ਚੀਜ਼ ਹਾਂਜੀ ਆਪਣੀ ਫਿਲਮ ਲਈ ਤੇ ਤੁਸੀਂ ਕਰਨੀ ਚਾਹੁੰਦੇ ਫਿਲਮ ਮੈਂ ਕਿਹਾ ਮੈਂ ਕਰਨੀ ਤਾਂ ਚਾਹਣਾ ਪਰ ਮੈਨੂੰ ਫਿਲਮ ਤੋਂ ਡਰ ਬਹੁਤ ਲੱਗਦਾ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਗਾਣੇ ਚੱਲਦੇ ਪਏ ਬੜੇ ਸੋਹਣੇ ਲੋਕ ਸੌਂਦੇ ਪਏ ਜਿੱਦਾਂ ਜਿੰਨਾ ਕਿ ਵੀ ਸੌਂਦੇ ਪਏ ਮੈਨੂੰ ਮੈਨੂੰ ਬਸ ਇਹਦੇ ਚ ਸੈਟੀਸਫੈਕਸ਼ਨ ਹੈ ਕਿ ਮੇਰਾ ਆ ਵੀ ਕੰਮ ਨਾ ਕਿਤੇ ਹਨਾ ਬੰਦ ਹੋ ਜਾਵੇ ਤੁਸੀਂ ਮੈਮ ਕਹਿੰਦੇ ਇਦਾਂ ਨਹੀਂ ਹੁੰਦਾ ਮੈਨੂੰ ਇਦਾਂ ਲੱਗਦਾ ਕਿ ਫਿਲਮਾਂ ਦੀ ਅਲੱਗ ਆਡੀਅנס ਹੈ ਗਾਣਿਆਂ ਦੀ ਅਲੱਗ ਆਡੀਅנס ਹੈ ਪਰ ਤੂੰ ਜੇ ਕਦੀ ਟਰਾਈ ਹੀ ਨਹੀਂ ਕਰੂਗਾ ਤੇ ਤੈਨੂੰ ਪਤਾ ਕਿਦਾਂ ਲੱਗੂਗਾ ਫਿਲਮ ਚ ਤੈਨੂੰ ਲੋਕ ਪਸੰਦ ਕਰਨਗੇ ਕਿ ਨਹੀਂ ਜਿਹੜੇ ਅੱਜ ਸੁਪਰਸਟਾਰ ਬਣੇ ਵੀ ਆ ਪੰਜਾਬੀ ਫਿਲਮਾਂ ਦੇ ਉਹਨਾਂ ਨੇ ਵੀ ਕਦੀ ਟਰਾਈ ਹੀ ਕੀਤਾ ਸੀ ਸੋ ਉਹਨਾਂ ਨੂੰ ਰਾਸ ਆ ਗਿਆ ਤੈਨੂੰ ਨਹੀਂ ਆਇਆ ਤਾਂ ਅਗਲੀ ਨਾ ਕਰੀ ਸੋ ਮੈਨੂੰ ਲੱਗਾ ਕਿ ਠੀਕ ਆ ਬੜੇ ਸਾਲਾਂ ਤੋਂ ਅਸੀਂ ਸੋਚਦੇ ਸੀ ਅਸੀਂ ਵੀ ਸੋਚਦੇ ਸੀ ਫਿਲਮ ਕਰੀਏ ਨਾ ਕਰੀਏ ਆਪਾਂ ਕਿਹਾ ਕਿ ਹੁਣ ਉਸ ਡਾਇਰੈਕਟਰ ਤੋਂ ਜਾਂ ਉਸ ਪ੍ਰੋਡਿਊਸਰ ਤੋਂ ਜਦ ਤੱਕ ਆਲਾ ਆਵੇ ਮੈਂ ਬੁੱਢਾ ਹੀ ਹੋ ਜਾਵਾਂ ਇਤੋਂ ਪਹਿਲਾਂ ਮੈਂ ਕਰ ਹੀ ਲਵਾ ਸੋ ਠੀਕ ਹੈ ਮੈਨੂੰ ਲੱਗਦਾ ਕਿ ਜਿਹੜਾ ਤੁਹਾਨੂੰ ਮੌਕਾ ਦੇਵੇ ਜਿਹੜਾ ਤੁਹਾਨੂੰ ਸਟਾਰਟਿੰਗ ਚ ਚੂਜ਼ ਕਰ ਲਵੇ ਜਿਹੜਾ ਤੁਹਾਡੇ ਤੇ ਪੈਸਾ ਲਾਉਣ ਲਈ ਰੈਡੀ ਹੋ ਜਾਵੇ ਉਹੀ ਮੇਰਾ ਸਭ ਤੋਂ ਵੱਡਾ ਉਹ ਹੁੰਦਾ ਕਿ ਮੈਂ ਮੈਮ ਦਾ ਥੈਂਕਫੁਲ ਆ ਕਿ ਉਹਨਾਂ ਨੇ ਮੇਤੇ ਇਹ ਗੇਮ ਇਹ ਰਿਸਕ ਖੇਡਿਆ ਮੈਨੂੰ ਹੁਣ ਬਸ ਇਹੀ ਉਮੀਦ ਹੈ ਕਿ ਮੈਂ ਉਹਨਾਂ ਦਾ ਕੋਈ ਨੁਕਸਾਨ ਨਾ ਹੋਣ ਦਵਾ ਤੇ ਸਾਰੇ ਸਾਡੀ ਫਿਲਮ ਦੇਖਣ ਜਾ ਕੇ ਜੀ ਅੱਛਾ ਇੱਕ ਇੱਕ ਸਟੇਟਮੈਂਟ ਮਤਲਬ ਤੁਸੀਂ ਹੁਣੇ ਬੋਲਿਆ ਕਿ ਹੈ ਨਾ ਮੈਂਨੇ ਕਿਹਾ ਕਿ ਗਾਣਿਆਂ ਦੀ ਜਿਹੜੀ ਹੈ ਵੱਖਰੀ ਆਡੀਅנס ਹੈ ਐਂਡ ਫਿਲਮ ਦੀ ਵੱਖਰੀ ਆਡੀਅנס ਹੈ ਬੜੀ ਕਨਟਰਡਿਕਟਰੀ ਇਹ ਜਿਹੜੀ ਸਟੇਟਮੈਂਟ ਹੈਗੀ ਹੈ ਨਾ ਰਾਈਟ ਹੁਣ ਤੁਹਾਡੀ ਗਾਣਿਆਂ ਵਾਲੀ ਆਡੀਅੰਸ ਤਾਂ ਹੈਗੀ ਹੈ ਨਾ ਰੁਬੀਨਾ ਕਿਉਂਕਿ ਫਿਲਮਸ ਕਰਦੇ ਉਹਨਾਂ ਦੀ ਫਿਲਮ ਵਾਲੀ ਆਡੀਅੰਸ ਹੈਗੀ ਹੈ ਬਟ ਇਹ ਗਾੜਿਆਂ ਵਾਲੀ ਆਡੀਅੰਸ ਕਿਵੇਂ ਫਿਲਮ ਤੱਕ ਆਵੇ ਇਹ ਕਿਵੇਂ ਮਤਲਬ ਇਹਦੇ ਵਿੱਚ ਵੀ ਇੱਕ ਵੱਖਰਾ ਸਟਰਗਲ ਹੁੰਦਾ ਹੈ ਸੋ ਉਹ ਸਟਰਗ हां ओ फिल्म चल। ਤਾਂ ਫਿਲਮ ਚ ਮੇਰੇ ਤੇ ਤੇ ਨਾ। ਹਾਂ। ਐਂਡ ਗੁਲਾਬ ਬਹੁਤ ਪਿਆਰਾ। ਗੁਲਾਬ ਐਂਡ। ਅੱਜ ਜੋੜੀ ਰਿਲੀਜ਼ ਹੋਇਆ। ਹਾਂਜੀ ਉਹ ਸਾਡਾ ਗਾਣਾ ਸਾਡੇ ਸਾਰੇ ਫਿਲਮ ਦੇ ਸੈੱਟ ਤੇ ਬਹੁਤ ਕਰੀਬ ਆ ਉਹ ਗਾਣਾ। ਸਾਨੂੰ ਸਾਰਿਆਂ ਨੂੰ ਬਹੁਤ ਪਸੰਦ ਆ। ਉਹ ਗਾਣਾ ਉਹਦੇ ਗਾਣੇ 'ਚ ਕੁਝ ਹੈਗਾ। ਉਹਦੀ ਗਾਣੇ ਦੀ ਕੰਪੋਜੀਸ਼ਨ ਸ਼ਾਇਦ ਸਾਨੂੰ ਅਟਰੈਕਟ ਕਰਦੀ ਆ ਜੋੜੀ ਦੀ। ਅੱਜ ਵੀ ਆਇਆ ਅੱਜ ਹੀ ਆਇਆ ਨਾ ਗਾਣਾ? ਹਾਂਜੀ ਅੱਜ ਅੱਜ ਗਾਣਾ ਆਇਆ ਤੇ ਅਸੀਂ ਹੁਣੇ ਸ਼ੇਅਰ ਸ਼ੇਅਰ ਕਰਕੇ ਹਟੇ ਆ। ਆਈ ਹੋਪ ਉਹ ਲੋਕਾਂ ਨੂੰ ਪਸੰਦ ਆਊਗਾ ਗਾਣਾ ਕਿਉਂਕਿ ਉਹਦੇ 'ਚ ਬੜੀ ਰੂਹ ਆ ਗਾਣੇ 'ਚ। वैसे गाने सारे फिल्म ਦੇ ਸੋਨੇ ਆ ਹੈ ਨਾ मुਂਦਰੀ ਵੀ ਇੱਕ गाना ਹੈ ਉਹ ਵੀ ਬਹੁਤ ਸੋਹਣਾ ਹੈ ਪਾਰਟੀ ਲਾਈਕ ਡਾਂਸ ਨੰਬਰ ਹੈ ਇੱਕ ਸੁਨੀਦੀ ਚਾਹਨ मैम ਨੇ गाना गाया ਵਾ ਲੈ ਜਾਊਗਾ ਉਹ ਵੀ गाना ਬਹੁਤ ਸੋਹਣਾ ਗਾਇਆ ਔਰ ਉਹਨਾਂ ਪਤਾ ਨਹੀਂ ਲੱਗਦਾ ਕਿ ਕਿਸੇ ਬਾਲੀਵੁੱਡ ਆਰਟਿਸਟ ਨੇ ਉਹ ਪੰਜਾਬੀ ਬੋਲੀ ਹੈ ਇੱਕ ਹੋਰ गाना ਮੇਰਾ ਸਾਰੇ ਤਾਰੇ ਜਿੱਥੋਂ ਫਿਲਮ ਸਟਾਰਟ ਹੁੰਦੀ ਹੈ ਯੂਥ ਫੈਸਟੀਵਲ ਤੋਂ ਜਿੱਥੇ ਅਸੀਂ ਪ੍ਰਾਈਜ਼ ਜਿੱਤਦੇ ਆ ਮੈਂ ਪਹਿਲੇ ਦੱਸਦਾ ਨੇ ਕਿਸੇ ਹੋਰ ਇੰਟਰਵਿਊ ਵਿੱਚ ਵਿੱਚ ਤੁਸੀਂ ਕਿਹਾ ਸੀ ਕਿ ਕਿ ਮੈਂ ਜਦੋਂ ਗੱਲ ਕਰਦਾ ਵੇ ਫਿਲਮ ਦੀ ਕਹਾਣੀ ਦੱਸਣ ਲੱਪੈਂਦਾ ਨਾ ਬਾਅਦ ਵਿੱਚ ਸਾਰੇ ਗੱਦੇ ਕਹਾਣੀ ਦੱਸ ਰਹੇ ਜਦੋਂ ਮੈਂ ਪਿੱਛੇ ਖੜੇ ਹੁੰਦੇ ਨਾ ਇੰਟਰਟੇਨਮੈਂਟ ਵਿੱਚ ਦੇ ਦੇ ਕਰਦੇ ਦਿੰਦੇ ਥੱਲੋ ਉਹਨੂੰ ਪਤਾ ਨਹੀਂ ਬੋਲ ਦੇਣਾ ਮੈਨੂੰ ਕਿ ਅਰੇ ਤੁਮ ਤੋ ਬਤਾਈ ਜਾ ਰਹੇ ਹੋ ਸੋ ਬਟ ਐਕਸਾਈਟਮੈਂਟ ਹਾਂਜੀ ਮੈਨੂੰ ਦੱਸ ਇੰਨਾ ਕਿ ਤਾ ਵੜਾ ਮੋਟਾ ਜੈ ਜ ਮੈਂ ਤਾਂ ਆਪਣਾ ਗਾਣਾ ਵੀ ਇੱਕ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਇੰਸਟਾਗ੍ਰam ਤੇ ਸੁਣਾ ਦਿੰਦਾ ਹੁੰਦਾ ਸੀ ਕਿ ਕੋਈ ਨਾ ਯਾਰ ਹੁਣ ਨਹੀਂ ਮੇਤੋ ਰਿਹਾ ਜਾਂਦਾ ਪਰ ਹੁਣ ਇਹੀ ਕੰਟਰੋਲ ਕਰ ਸਕਦੇ ਆ ਕਿ ਬਸ ਚਾਰ ਪੰਜ ਕਿੰਨੇ ਦਿਨ ਰਹਿ ਗਏ ਅੱਜ ਪੰਜ ਛੇ ਦਿਨ ਰਹਿ ਗਏ ਜੀ ਜੀ 6 7 ਦਿਨ ਰਹਿ ਗਏ ਸੌਰੀ ਤੇ ਬਸ ਮੈਂ ਵੇਟ ਕਰ ਰਿਹਾ ਕਿ ਕੀ ਉਹ ਰਿਐਕਸ਼ਨ ਹੋਣਗੇ ਜਿਹੜੇ ਮੇਰੇ ਗਾਣੇ ਸੁਣਦੇ ਸੀ ਉਹਨਾਂ ਨੇ ਹੁਣ ਮੈਨੂੰ ਬੋਲਦੇ ਵੀ ਵੇਖਣਾ ਤੇ ਆਈ ਹੋਪ ਸਭ ਨੂੰ ਚੰਗਾ ਲੱਗੇ ਨਹੀਂ ਵੀ ਚੰਗਾ ਲੱਗਾ ਤਾਂ ਫਿਰ ਮੈਂ ਗਾਣੇ ਤਾਂ ਗਾਉਂਗਾ ਹੀ ਪਰ ਮੈਨੂੰ ਉਮੀਦ ਬਹੁਤ ਆ ਮੈਂ ਜ਼ਿਆਦਾ ਉਹ ਟ੍ਰੇਲਰ 'ਚ ਦੇਖਿਆ ਵੀ ਹੈ ਐਕਟਰ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਮੈਂ ਮੈਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਉਹ ਡਾਇਲੋਗ ਉਦਾਂ ਨਹੀਂ ਬੋਲਣੇ ਕਿ ਜਿਹੜਾ ਐਕਟਰ ਬੋਲਦੇ ਆ ਮੈਂ ਆਪਣੇ ਹਿਸਾਬ ਨਾਲ ਬੋਲੂਗਾ ਤੇ ਮੈਨੂੰ ਲੱਗਿਆ ਕਿ ਮੈਂ ਲੱਗਿਆ ਕਿ ਮੈਂ ਇਦਾਂ ਹੀ ਕੀਤਾ ਹੋਊਗਾ ਕਿਉਂਕਿ ਮੈਂ ਹਲੇ ਫਿਲਮ ਨਹੀਂ ਵੇਖੀ ਮੈਂ ਡਬਿੰਗ 'ਚ ਹੀ ਦੇਖੀ ਮੈਂ ਫਿਲਮ ਮੈਨੂੰ ਦਿਖਾਈ ਨਹੀਂ ਇਹਨਾਂ ਨੇ ਕਹਿੰਦੇ ਸਿੱਧਾ ਸਰਪ੍ਰਾਈਜ਼ ਹੀ ਹੈ ਵੀਰ ਤੁਸੀਂ ਦੇਖ ਲਈ ਫਿਲਮ ਨਹੀਂ ਮੈਨੂੰ ਪਸੰਦ ਨਹੀਂ ਲਾਈਕ ਪਹਿਲਾਂ ਫਿਲਮ ਦੇਖਦਾ ਕੋਈ ਵੀ ਫਿਲਮ ਮੈਂ ਹਮੇਸ਼ਾ ਥੀਏਟਰ 'ਚ ਹੀ ਇਹੀ ਕਹਿ ਸਕਦਾ ਜਿਨ੍ਹਾਂ ਨੇ ਕੀਤੀਆਂ ਹੁਣ ਹੁਣ ਮੈਂ ਤਾਂ ਇਹੀ ਕਹਿ ਸਕਦਾ ਨੇ ਵਧੀਆ ਚੀਜ਼ ਹੈ ਬਟ ਰੁਬੀਨਾ ਕਾ ਜਦੋਂ ਮੈਂ ਡਬਟ ਜਮੈਂ ਜਲਦੀ ਜਲਦੀ ਡਬਿੰਗ ਡਬਿੰਗ ਕੰਮ ਖਤਮ ਕੰਮ ਕੰਮ ਕਰੇ ਜਾ ਰਹਾ ਸੋ ਮੈਨੂੰ ਪਸੰਦ ਆ ਮੇਰੇ ਲਈ ਤਾਂ ਇਹ ਵੱਖਰਾ ਪ੍ਰੋਸੈਸ ਹੀ ਨਾ ਹੈ ਕਿ ਠੀਕ ਹੈ ਪਰ ਤੁਹਾਡੇ ਲਈ ਤਾਂ ਨਾ ਹੁਣ ਰੁਬੀਨਾ ਨੂੰ ਪਤਾ ਇਹਨੇ 5 ਫਿਲਮਾਂ ਕੀਤੀਆਂ ਕਿ ਆਹ ਪ੍ਰੋਬਲਮ ਮਿੰਤਾ ਜਦੋਂ ਡਬਿੰਗ ਲਈ ਵੀ ਬੁਲਾਇਆ ਸੀ ਮਿੰਤਾ ਲੱਗਦਾ ਸੀ ਖਰੇ ਹੋ ਗਿਆ ਹੋਇਆ ਬਸ ਉੱਥੇ ਜਿਹੜਾ ਬੋਲਦਾ ਉਹ ਕਹਿੰਦੇ ਹੁਣ ਇਹਦੇ ਉੱਤੇ ਬੋਲਣਾ ਮੈਂ ਫਿਰ ਉੱਥੇ ਜਦੋਂ ਖੜਾ ਮੈਂ ਆਪਣਾ ਮੂੰਹ ਵੇਖਦਾ ਸੀ ਫਿਰ ਮੈਂ ਫਟਾਫਟ ਆਉਂਦਾ ਸੀ ਕਹਿੰਦੇ ਕੀ ਹੋਇਆ ਅੰਕਲ ਮੈਂ ਦੇਖਦਾ ਸੀ ਵੀ ਇਹ ਹੁ ਅੰਗ ਮੈਚ ਮਤਲਬ ਕਰਨਾ ਸਹੀ ਮਤਲਬ ਇਜ਼ੀ ਰਿਹਾ ਥੋੜ੍ਲੀ ਹਾਂਜੀ ਹਾਂਜੀ ਇਦਾਂ ਤਾਂ ਮੈਂ ਕੋਈ ਤੁਸੀਂ ਜੋ ਮਰਜ਼ੀ ਮੈਂ ਕਰ ਸਕਦਾ ਇਦਾਂ ਕਿਉਂਕਿ ਮੈਨੂੰ ਪਤਾ ਸੀ ਕਿ ਡਬਿੰਗ ਮੈਂ ਪਹਿਲਾਂ ਵੀ ਕੀਤੀ ਹੋਈ ਇੱਕ ਦੋ ਗਾਣਿਆਂ 'ਚ ਵੀ ਮੈਂ ਡਾਇਲੌਗ ਬੋਲੇ ਸੀਗੇ ਪਰ ਉਹ ਫਨ ਸੀ ਇਹ ਸਾਰਾ ਇਹ ਸਾਰਾ ਪ੍ਰੋਸੈਸ ਬਹੁਤ ਫਨ ਸੀ ਸ਼ੂਟ ਕਰਨਾ ਬਸ ਆਹ ਕਾ ਮੌਕਾ ਲੱਗਿਆ ਮੈਨੂੰ ਪ੍ਰੋਮੋਸ਼ਨ ਜਲਾ ਮੈਨੂੰ ਲੱਗਾ ਫਿਲਮ ਦੇ ਸਾਰੇ ਪਾਰਟ ਵਿੱਚ ਸਭ ਤੋਂ ਔਖਾ ਕੰਮ ਪ੍ਰੋਮੋਸ਼ਨਸ ਹੈ ਅਰੇ ਤੁਸੀਂ ਇਹ ਨਹੀਂ ਸੋਚਿਆ ਕਿ ਯਾਰ ਥੋੜੇ ਠੰਡ ਵਿੱਚ ਹੁੰਦੀ ਫਿਲਮ ਰਿਲੀਜ਼ ਤੇ ਥੋੜਾ ਈਜ਼ੀ ਜਿਹਾ ਹੈ ਨਹੀਂ ਨਹੀਂ ਬਿਲਕੁਲ ਬਹੁਤ ਹੈ ਬਹੁਤ ਜ਼ਿਆਦਾ ਪਰਸਨ ਚੌਥੀ ਅਸੀਂ ਕਿਸੇ ਕਾਲਜ ਚ ਗਏ ਤੇ ਉਹ ਓਪਨ ਚ ਹੀ ਸੀ ਇਵੈਂਟ ਤੇ ਪੂਰੇ ਅਸੀਂ ਮਤਲਬ ਬੁਰਾ ਹਾਲ ਹੋ ਗਿਆ ਬੜਾ ਜ਼ਿਆਦਾ ਸਾਰੇ ਕੱਪੜੇ ਹੀ ਪਸੀਨਾ ਪਸੀਦੀ ਜਾ ਰਿਹਾ ਹੈ। ਯਾ ਮੈਂ ਇਜ਼ੀ ਗੋਇੰਗ ਪਰਸਨ ਕਜ਼ ਆਈ ਥਿੰਕ ਮੈਂ ਕੈਨੇਡੀਅਨ। ਇੱਕ ਇੰਡੋ ਕੈਨੇਡੀਅਨ ਦਾ ਸਾਰਿਆਂ ਨੂੰ ਲੱਗਦੀ ਹੈ ਨਾ ਗਰਮੀ ਆ ਬੜਾ। ਬਟ ਤੁਹਾਨੂੰ ਜ਼ਿਆਦਾ ਫੀਲ ਨਹੀਂ ਹੁੰਦੀ ਗਰਮੀ ਮਤਲਬ ਜਦੋਂ ਇੱਥੇ ਆ ਕੇ ਅਸੀਂ ਆਦਰਵਾਇਜ਼ ਦੇਖਿਆ ਬਹੁਤ ਹੁੰਦੀ ਸਾਰਿਆਂ ਨੂੰ ਗਰਮੀ ਫੀਲ ਇਹਨੂੰ ਵੀ ਬਹੁਤ ਹੁੰਦੀ ਉੱਥੇ ਪੱਕੀ ਲਈ ਫਿਰਦੀ ਹੁੰਦੀ ਨਾਲ ਇਹ ਬਸ ਹੁਣ ਇੰਟਰਵਿਊ ਚ ਕਹਿੰਦਾ ਮੈਨੂੰ ਕੋਈ ਚੱਕਰ ਨਹੀਂ ਵੰਦਾ। ਇੱਕ ਤਾਂ ਇੱਕ ਤੋਂ ਬੋ ਕਹਿੰਦੀ ਅੱਜ ਤੋਂ ਲਵ। ਇਹਨੂੰ ਬੁੜੀ ਕਰਮੀ ਲੱਗਦੀ ਹੈ ਮੈਨੂੰ ਪਿਆਰਾ ਲੱਗਦਾ ਹੈ ਹਾਂ ਜੀ ਮੈਂ ਪਹਿਲੇ ਵੀ ਗੱਲ ਕਰੀ ਸੀ ਐਕਸਨ ਬਹੁਤ ਪਿਆਰਾ ਹੈ ਇਹ ਹਿੰਦੀ ਵੀ ਹੈ ਵਿੱਚ ਅੱਜ ਤੋਂ ਪਹਿਲੇ ਮੈਂ ਬੰਬੇ ਰਹਿੰਦੀ ਹੁੰਦੀ ਸੀ ਸੋ ਉਹ ਤੋਂ ਕਰਕੇ ਉਹ ਤੋਂ ਆਇਆ ਤਾਂ ਫਿਰ ਮੈਂ ਹਿੰਦੀ ਪਿਕਅਪ ਕਰਨੀ ਚਾਹੀਦੀ ਇੱਕ ਕੈਰੈਕਟਰ ਦੀ ਜੇ ਗੱਲ ਕਰੀ ਹੈ ਨਾ ਤੁਸੀਂ ਗੁਰੇ ਦਾ ਕਿਰਦਾਰ ਨਿਭਾ ਰਹੇ ਹੋ ਫਿਲਮ ਦੇ ਵਿੱਚ ਅਸੀਂ ਫਿਲਮ ਸ਼ੂਟ ਹੁੰਦੀ ਵੀ ਵੇਖੀ ਹੈ ਟ੍ਰੇਲਰ ਵੀ ਵੇਖਿਆ ਹੈ ਨਾ ਉਹ ਨਿਖਰ ਕੇ ਆ ਰਿਹਾ ਬਹੁਤ ਪਿਆਰਾ ਲੱਗ ਰਿਹਾ ਬਟ ਰੁਬੀਨਾ ਹੁਣ ਇੰਨਾ ਟਾਈਮ ਜਦੋਂ ਇੰਡਸਟਰੀ ਵਿੱਚ ਹੋ ਗਿਆ ਹੈ ਅਲੱਗ-ਅਲੱਗ ਕੈਰੈਕਟਰਸ ਪਲੇ ਕਰ ਰਹੇ ਹੈ ਕੁਝ ਇਦਾਂ ਦੇ ਕੈਰੈਕਟਰਸ ਹੈ ਜੋ ਰੁਬੀਨਾ ਚਾਹੁੰਦੇ ਹੈ ਮੈਂ ਪਲੇ ਕਰਾਂ ਕੁਝ ਸਟੀਰੀਓਟਾਈਪ ਤੋੜ ਕੇ ਜਿਹੜੇ ਕੈਰੈਕਟਰਸ ਪਲੇ ਕਰਾਂ ਆਈ ਜਸਟ ਲਵ ਲਵ ਸਟੋਰੀਜ਼ ਲਵ ਸਟੋਰੀਜ਼ ਜਸਟ ਸਟੋਰੀਜ਼ ਮੈਨੂੰ ਲਵ ਸਟੋਰੀਜ਼ ਬਹੁਤ ਪਸੰਦ ਆ ਦੇ ਕੈਨ ਨੂ ਐਂਡ ਐਕਟ ਕਿਉਂਕਿ ਆਈ ਆਈ ਕਾਜ਼ ਆਈ ਇੰਜੋਏ ਦੋਸ ਟਾਈਪ ਆਫ ਫਿਲਮਸ ਮੈਨੂੰ ਪਸੰਦ ਆ ਲਵ ਸਟੋਰੀਜ਼ ਸਟਾਰਟਿੰਗ ਤੋਂ ਹਾਂਜੀ ਓਕੇ ਯਾ ਫਰਮ ਅ ਚਾਈਲਡ ਚਾਈਲਡਹੂਡ ਲਾਈਕ ਯੂ ਨੋ ਰੋਮਾਂਸ ਲਾਈਕ ਰ ਤੁਹਾਨੂੰ ਵੀ ਸਟਾਰਟਿੰਗ ਤੋਂ ਜਾਂ ਮਤਲਬ ਇਦਾਂ ਸੀਗਾ ਕਿ ਮੈਂ ਸਾਰੀਆਂ ਮੈਨੂੰ ਕਾਮੇਡੀ ਜ਼ਿਆਦਾ ਪਸੰਦ ਆ ਕਿਉਂਕਿ ਆਪਾਂ ਸਾਰੇ ਪੰਜਾਬੀ ਕਾਮੇਡੀ ਦੇਖਣਾ ਪਸੰਦ ਕਰਦੇ ਆ ਮੈਨੂੰ ਵੀ ਚੰਗੀਆਂ ਲੱਗਦੀਆਂ ਮੈਨੂੰ ਜਿੰਨੇ ਵੀ ਪੰਜਾਬੀ ਕਾਮੇਡੀ ਐਕਟਰਸ ਆ ਸਾਰੇ ਬਹੁਤ ਵਧੀਆ ਲੱਗਦੇ ਆ ਸੋ ਪੰਜਾਬ ਪੰਜਾਬ ਚ ਜ਼ਿਆਦਾ ਤੁਹਾਨੂੰ ਪਤਾ ਕਾਮੇਡੀ ਚ ਸੋ ਮੈਂ ਵੀ ਉਸ ਮਾਹੌਲ ਚ ਵੱਡਾ ਹੋਇਆ ਤੇ ਮੈਨੂੰ ਵੀ ਕਾਮੇਡੀ ਫਿਲਮਾਂ ਪਸੰਦ ਆ ਪਰ ਮੈਂ ਅੱਜ ਕੱਲ ਇੰਗਲਿਸ਼ ਫਿਲਮਾਂ ਬਹੁਤ ਦੇਖੀਆਂ ਆ ਲਾਕਡਾਊਨ ਚ ਜਿੰਨਾ ਦੋ 2.5 ਸਾਲ ਬਹੁਤ ਦੇਖੀਆਂ ਮੈਂ ਸੋ ਹੁਣ ਮੈਨੂੰ ਸਾਰਾ ਕੁਝ ਹੀ ਪਸੰਦ ਆ ਰੋਮਾਂਸ ਵੀ ਪਸੰ ਬਾਲੀਵੁੱਡ ਵੀ ਪਸੰਦ ਆ ਹਾਲੀਵੁੱਡ ਵੀ ਪਸੰਦ ਆ ਪਰ ਠੀਕ ਹੈ ਪੰਜਾਬੀ ਫਿਲਮਾਂ ਜਿਆਦੀਆਂ ਜ਼ਿਆਦਾ ਫਨ ਨੇ ਆ 9 ਸਪਟੈਂਬਰ ਨੂੰ ਤੁਹਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇਰੀ ਮੇਰੀ ਗੱਲ ਬਣ ਗਈ ਐਂਡ ਵਿਵੇਸ਼ ਕੀ ਤੁਹਾਡੀ ਗੱਲ ਜ਼ਰੂਰ ਬਣੇ ਐਂਡ ਔਰ ਫਿਲਮ ਦੇ ਵਿੱਚ ਵੀ ਬਣੇ ਔਰ ਫਿਲਮ ਤੋਂ ਬਾਅਦ ਵੀ ਬਣੇ ਲੋਕੀ ਬਹੁਤ ਪਸੰਦ ਕਰਨ ਔਰ ਅਖਿਲ ਇੱਥੇ ਹੈ ਮੈਂ ਇਦਾਂ ਤਾਂ ਹੋ ਨਹੀਂ ਸਕਦਾ ਕਿ ਕੋਈ ਇੱਕ ਗਾਣਾ ਬਿਨਾ ਗਾਏ ਇਹਨਾਂ ਦਾ ਆਪਾਂ ਇੰਟਰਵਿਊ ਖਤਮ ਕਰ ਦੇ ਜੀ ਕਿਹੜਾ ਕਿਹੜਾ ਪ੍ਰੇਵਿਊ ਟਾਡਾ ਜੋੜ ਜੋੜੀ ਮੇਰਾ ਤਾਂ ਗੁਲਾਮ ਹੈ ਮੈਨੂੰ ਲਿਰਿਕਸ ਨਹੀਂ ਆਉਂਦੇ ਅਬ ਗੁਲਾਮ ਤੂੰ ਮੇਰੀ ਨਹੀਂ ਉਹਦੇ ਕਿਉਂ ਉਹ ਨਹੀਂ ਮੈਂ 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 ਮੈਨੂੰ ਗਾਣਾ ਨਹੀਂ ਆਈ ਥਿੰਕ ਗੁਲਾਬੀ ਗੁਲਾਬ ਮੈਨੂੰ ਆਉਂਦਾ ਹਾਂ ਜੀ ਓਕੇ ਹੂੰ ਲੰਗ ਦੇ ਨੇ ਜਿੱਥੋਂ ਵੀ ਹਾਏ ਮੈਂ ਕਾ ਵੰਡ ਦੇ ਨੇ ਬਾਗ ਸੋਹਾਣੇ ਵੀ ਜੀ ਨੂਰ ਮੰਗਦੇ ਨੇ ਮੇਰੀ ਹਾਲਤ ਦਾ ਕੋਈ ਹਾਲ ਪੁੱਛੇ ਤਾਂ ਉਹਨੂੰ ਕੀ ਜਵਾਬ ਦਿਆਂ ਜਿਹੜੇ ਆਪ ਗੁਲਾਬਾਂ ਵਰਗੇ ਨੇ ਉਹਨਾਂ ਨੂੰ ਕਿੰਜ ਗੁਲਾਬ ਬਿਆ ਜਿਹੜੇ ਆਪ ਗੁਲਾਬਾਂ ਵਰਗੇ ਨੇ ਉਹਨਾਂ ਨੂੰ ਕਿੰਜ ਗੁਲਾਬ ਬਿਆ ਵਾਓ ਵਾਓ ਥੈਂਕ ਯੂ ਸੋ ਮਚ ਅਖਿਲ ਐਂਡ ਰੁਬੀਨਾ ਸਾਨੂੰ ਸਮਾਦੇਨ ਦੇ ਲਈ ਐਂਡ ਵਿਸ਼ੇਸ ਮੇ ਗੁੱਡ ਵਿਸ਼ਸ ਤੁਹਾਨੂੰ ਪਹਿਲਾ ਦੇ ਚੁੱਕੀ ਆ ਦੁਬਾਰਾ ਫਿਰ ਕਹੂੰਗੀ ਕਿ ਬਹੁਤ ਜ਼ਿਆਦਾ ਪਿਆਰ ਤੁਹਾਨੂੰ ਮਿਲੇ ਔਰ ਗੱਲ ਤੁਹਾਡੀ ਜ਼ਰੂਰ ਬਣੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਲਾਕ ધ ਡੇਟ 9 ਸੈਪਟੈਂਬਰ ਤੇਰੀ ਮੇਰੀ ਗੱਲ ਬਣ ਕੇ ਰਿਲੀਜ਼ ਹੋਣ ਵਾਲੀ ਹੈ ਜ਼ਰੂਰ ਪਿਆਰ ਦਿਓ ਅਖਿਲ ਦੀ ਡੈਬਿਊ ਫਿਲਮ ਹੈ ਔਰ ਰੁਬੀਨਾ ਦਾ ਹਮੇਸ਼ਾ ਤੁਸੀਂ ਕੰਮ ਜਿਹੜਾ ਹੈ ਪਸੰਦ ਕਰਦੇ ਆਇਓ ਸੋ ਇਸ ਫਿਲਮ ਦੇ ਵਿੱਚ ਵੀ ਜ਼ਰੂਰ ਇਹਨਾਂ ਨੂੰ ਪਿਆਰ ਦਿਓ ਔਰ ਦੱਸੋ ਕਿ ਕਿਵੇਂ ਦੇ ਤੁਹਾਡੇ ਰਿਵ